ਜਿੱਦਾਂ ਆਪਣੇ ਬਾਜ਼ਾਰਾਂ ਦੇ ਵਿੱਚ ਲੱਗੇ ਹੁੰਦੇ ਸੂਟ ਕੇਸ ਵਗੈਰਾ, ਇੱਧਰ ਘੜੀਆਂ ਦੀਆਂ ਕਾਪੀ ਦੀਆਂ ਘੜੀਆਂ ਦੀਆਂ ਦੁਕਾਨਾਂ ਨੇ, ਸਾਰੇ ਕਾਪੀ ਵੇਚਦੇ ਆ, ਸਮਾਨ ਜ਼ਿਆਦਾ ਹੈ ਤਾਂ ਜਾਲੀ ਆ। ਟੋਫੀਆਂ ਦੇ ਭੰਡਾਰ ਲੱਗੇ ਪਏ ਆ, ਟੋਫੀਆਂ ਔਰ ਇਹ ਸਾਰੀਆਂ ਟੋਫੀਆਂ ਨਾ ਤੋਲ ਕੇ ਮਿਲਦੀਆਂ, ਦੁਨੀਆਂ ਦਾ ਹਰ ਫਲੇਵਰ ਜਿਹੜਾ ਨਾ ਕੈਂਡੀ ਦੇ ਵਿੱਚ ਅਵੇਲੇਬਲ ਹੈ। ਇਹਦੇ ਅੰਦਰ ਕਾਫੀ ਵੱਡੀ ਮਾਰਕੀਟ ਬਣੀ ਹੈ, ਵਿੱਚੇ ਮੈਟਰੋ ਹੈ, ਉਦੋਂ ਅੰਬ ਨੇ ਐਡੇ ਐਡੇ ਵੱਡੇ ਅੰਬ, ਦੋ ਦੋ ਕਿਲੋ ਦਾ ਅੰਬ ਹੋਣਾ। ਸਮਾਨ ਜਿਹੜਾ ਉਹ ਆਪਣੇ ਲੁਧਿਆਣੇ ਤੋਂ ਬਣ ਕੇ ਆ ਰਿਹਾ, ਦਿੱਲੀ ਤੋਂ ਬਣ ਕੇ ਆ ਰਿਹਾ ਇਹ ਸਮਾਨ, ਕੱਪੜੇ ਕੁੱਪੜੇ ਖਾਸ ਕਰਕੇ ਜ਼ਿਆਦਾ ਹੈ ਹੀ ਲੁਧਿਆਣੇ ਦੇ ਨੇ। ਇੱਦਾਂ ਦੀਆਂ ਦੁਕਾਨਾਂ ਬਹੁਤ ਸੋਹਣੀਆਂ ਲੱਗਦੀਆਂ, ਬਹੁਤ ਸਾਫ਼ ਸਫਾਈ ਨਾਲ। ਕੁਆਲਾਲੰਪੁਰ ਦੀ ਮਸਜਿਦ, ਕਾਫ਼ੀ ਪੁਰਾਣੀ ਮਸਜਿਦ ਹੈ ਦੱਸੀ ਜਾਂਦੀ ਹੈ। ਫੀਲਿੰਗ ਲੈਣੀ ਟ੍ਰੇਨ ਚਲਾਉਣ ਦੀ, ਥੱਲੋਂ ਦੀ ਵੜ ਕੇ ਸਾਹਮਣੇ ਆ ਸਕਦੇ ਹੋ ਅਤੇ ਫੋਟੋਗ੍ਰਾਫਰੀ ਵਧੀਆ ਹੋ ਜਾਂਦੀ ਹੈ। ਇੱਕ ਚੀਜ਼ ਨੇ ਉਹ ਦੇਖੋ ਸਾਹਮਣੇ ਦੇਖੋ ਉਹ ਕਿੱਦਾਂ ਬੜੀ ਹੈ, ਖਿੱਚਦਾ ਬੜੀ ਹੈ ਡਰਾਈਵਰ, ਪਰ ਇਹ ਤਾਂ ਆਟੋਮੈਟਿਕ ਹੈ ਨਾ। ਕਿ ਉਹ ਜਗ੍ਹਾ ਜਿਹਦੇ ਦਰਸ਼ਨ ਕਰਨ ਲੋਕ ਆਉਂਦੇ ਆ ਦੂਰੋਂ ਦੂਰੋਂ, KLCC ਟਾਵਰ ਸ਼ਾਇਦ ਬੋਲਦੇ ਇਹਨਾਂ ਨੂੰ। ਇਹਨਾਂ ਨੇ ਇੱਕ ਰੇਸਿੰਗ ਕਾਰ ਉੱਪਰ ਚੜ੍ਹਾਈ ਹੋਈ ਹੈ, ਇਹਦਾ ਸ਼ਾਇਦ ਕੋਈ ਇਹਦਾ ਇਤਿਹਾਸ ਹੋਏ ਜਾਂ ਉੱਦਾਂ ਹੀ ਚੜ੍ਹਾਈ ਹੋਏ। ਜਿਹੜੇ ਘਰੋਂ ਨਹਾ ਕੇ ਨਹੀਂ ਆਉਂਦੇ ਉਹਨਾਂ ਵਾਸਤੇ ਇੱਥੇ ਨਹਾਉਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਬਹੁਤ ਸੋਹਣੀ ਬੁੱਕ ਸ਼ੋਪ ਹੈ ਜੀ। 1895 ਦਾ ਗੇਟ ਆ, ਉਦੋਂ ਦੀ ਇਹ ਜੇਲ੍ਹ ਬਣੀ ਹੋਈ ਆ। ਇੱਥੇ ਅੰਦਰ ਜਿਹੜਾ ਗਾਰਡ ਬਹਿੰਦਾ ਸੀਗਾ ਇਹ ਸਾਹਮਣੇ ਇੱਧਰਲੇ ਪਾਸੇ ਜਿੱਥੇ ਦਰਵਾਜ਼ਾ ਲੱਗਾ, ਤਰੇਹਾ ਸਮਝਾ ਰਹੀ ਹੈ ਜਿਹੜੀ ਭਾਸ਼ਾ 'ਚ ਸਮਝਾਉਂਦੀ ਹੈ ਸਾਨੂੰ ਉਹ ਸਮਝ ਨਹੀਂ ਲੱਗਦੀ, ਇਹਨੂੰ ਸਾਡੀ ਨਹੀਂ ਸਮਝ ਲੱਗਦੀ। ਇਹਨਾਂ ਬੜਾ ਟ੍ਰੈਂਡ ਆ, ਹਰ ਗੱਡੀ ਦੇ ਕਾਲੇ ਸ਼ੀਸ਼ੇ ਲਗਭਗ, ਅਤੇ ਆਪਣੇ ਵਾਲੇ ਤਾਂ ਕਾਲੇ ਕਰਨੇ ਨਹੀਂ ਦਿੰਦੇ, ਮੌਤ ਪੈ ਜਾਂਦੀ ਹੈ ਸਰਕਾਰਾਂ ਨੂੰ। ਦੋਸਤੋ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਅੱਜ ਮਲੇਸ਼ੀਆ ਦੇ ਵਿੱਚ ਆਪਣਾ ਦੂਜਾ ਦਿਨ ਆ, ਅਤੇ ਅੱਜ ਆਪਾਂ ਲੋਕਲ KL ਦੇ ਵਿੱਚ ਕੁਆਲਾਲੰਪੁਰ ਦੇ ਵਿੱਚ ਘੁੰਮਾਂਗੇ। ਸਭ ਤੋਂ ਪਹਿਲਾਂ ਬ੍ਰੇਕਫਾਸਟ ਕਰਨ ਤੋਂ ਬਾਅਦ ਅਗਲਾ ਜਿਹੜਾ ਸਫ਼ਰ ਹੈ ਸ਼ੁਰੂ ਕਰਾਂਗੇ। ਇਹ ਸਾਰੀ ਸੇਲ ਲੱਗੀ, ਇੱਥੇ ਬਹੁਤ ਸਸਤਾ ਸਮਾਨ ਮਿਲਦਾ ਇਹਨਾਂ ਦੇ ਹਿਸਾਬ ਨਾਲ, ਇਹ ਵੀ ਤੁਹਾਨੂੰ ਸੇਲਾਂ ਵੀ ਵਿਖਾਵਾਂਗੇ ਲਾਸਟ ਦੇ ਵਿੱਚ। ਟੀ ਸ਼ਰਟਾਂ ਵਗੈਰਾ ਬਹੁਤ ਕੁਛ ਲੱਗਿਆ, ਸਾਰੇ ਸਾਡੇ ਹੋਟਲ ਦੇ ਬਾਹਰ ਦਾ ਵਿਊ ਹੈ, ਜਿਹੜੇ ਮੌਲ ਦੇ ਵਿੱਚ ਆਪਾਂ ਹੋਟਲ ਲਿਆ ਨਾ ਉੱਥੋਂ ਦਾ ਵਿਊ। ਦੋਸਤੋ ਜਿਹੜਾ ਆਪਣਾ ਹੋਟਲ ਆ ਉਹਦੇ ਲਾਗੇ ਬਿਲਕੁਲ ਹੈ ਫੂਡ ਕੋਰਟ ਪੈਂਦਾ ਵਾ, ਫੂਡ ਕੋਰਟ ਕਹਿ ਸਕਦੇ ਇਹਨੂੰ ਆਪਣੇ ਜਿੱਦਾਂ ਇੰਡੀਆ ਦੇ ਵਿੱਚ ਹੁੰਦੇ ਆ, ਅਤੇ ਇੱਥੇ ਖਾਣ ਪੀਣ ਦਾ ਨਾ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ, ਇੰਡੀਅਨ ਚਾਈਨੀਜ਼ ਸਾਊਥ ਇੰਡੀਅਨ ਵਗੈਰਾ ਹਰ ਚੀਜ਼ ਇੱਥੇ ਅਵੇਲੇਬਲ ਆ। ਆਪਾਂ ਜਿਨ੍ਹਾਂ ਕੋਲ ਪ੍ਰਸ਼ਾਦਾ ਪਾਣੀ ਛੱਕ ਰਹੇ ਹਾਂ ਇਹ ਆਪਣੇ ਪੰਜਾਬੀ ਵੀਰ ਨੇ ਲੁਧਿਆਣੇ ਤੋਂ ਨੇ, ਅਤੇ ਇੱਥੇ ਇਹਨਾਂ ਨੇ ਆਪਣਾ ਫੂਡ ਕੋਰਟ ਬਣਾਇਆ ਔਰ ਬਹੁਤ ਵਧੀਆ ਰੋਟੀ ਪਾਣੀ ਵਧੀਆ ਤਰੀਕੇ ਨਾਲ ਬੋਲ ਪਾਣੀ ਚੰਗਾ ਸੋਹਣੇ ਤਰੀਕੇ ਨਾਲ ਛਕਾਉਂਦੇ ਆ। ਅਤੇ ਉਦੋਂ ਬਾਅਦ ਆਪਾਂ ਆ ਜਾਈਏ ਗੱਡੀਆਂ 'ਤੇ, ਕਾਲੇ ਸ਼ੀਸ਼ੇ ਇੱਕ ਇੱਥੇ ਨਾ ਬੜਾ ਟ੍ਰੈਂਡ ਆ, ਹਰ ਗੱਡੀ ਦੇ ਕਾਲੇ ਸ਼ੀਸ਼ੇ ਲਗਭਗ, ਅਤੇ ਆਪਣੇ ਵਾਲੇ ਤਾਂ ਕਾਲੇ ਕਰਨੇ ਨਹੀਂ ਦਿੰਦੇ, ਮੌਤ ਪੈ ਜਾਂਦੀ ਹੈ ਸਰਕਾਰਾਂ ਨੂੰ ਕਾਲੇ ਸ਼ੀਸ਼ਿਆਂ ਤੋਂ, ਪਰ ਇੱਥੇ ਸਾਰੇ ਚੱਲਦੇ ਆ। ਹੁਣ ਮੰਨ ਲਓ ਇੱਥੇ ਕਾਲੇ ਸ਼ੀਸ਼ੇ ਦਾ ਮਤਲਬ ਹੈ ਥੋੜ੍ਹੀ ਕਿ ਇੱਥੇ ਕ੍ਰਾਈਮ ਵੱਧ ਆ, ਉਹ ਕਰਨ ਦੇਣੇ ਚਾਹੀਦੇ ਆ, ਕਾਲੇ ਸ਼ੀਸ਼ਿਆਂ ਦੇ ਵਿੱਚ ਸੇਫਟੀ ਵੀ ਹੈ, ਸਗੋਂ ਮੈਨੂੰ ਲੱਗਦਾ ਕਿ ਕ੍ਰਾਈਮ ਘਟੂਗਾ ਵਧੂਗਾ ਨਹੀਂ। ਇਹ ਆਪਣੇ ਵੀਰ ਜਿਹੜਾ ਢਾਬੇ ਵਾਲਾ ਉਹਦੀ ਗੱਡੀ ਹੈ, ਇਹ ਸੋਰੈਂਟੋ ਨਾਮ ਹੈ ਕੀਆ ਦੀ ਗੱਡੀ ਦਾ। ਇਹ ਕੁਛ ਇਸ ਤਰੀਕੇ ਦਾ ਫੂਡ ਕੋਰਟ ਦਾ ਬਾਹਰ ਦਾ ਵਿਊ। ਇੱਥੇ ਆਪਣੇ ਕਾਮਨ ਜਗ੍ਹਾ ਸਾਰਿਆਂ ਵਾਸਤੇ ਆ, ਜਿਹਨੇ ਜਿੱਥੇ ਔਡਰ ਦੇਣਾ ਦੇ ਦੇ, ਜਿਹੜੇ ਤੁਹਾਡਾ ਟੇਬਲ ਪਹੁੰਚਾ ਦੇਣਗੇ। ਇਹ ਗੱਡੀ ਆਪਾਂ ਜਿੱਥੇ ਰੇਲਵੇ ਸਟੇਸ਼ਨ ਤੱਕ ਜਾਵਾਂਗੇ, ਮੈਟਰੋ ਸਟੇਸ਼ਨ ਤੱਕ। ਇਹ ਟ੍ਰੇਨ 'ਤੇ ਜਾਣਾ ਹੁਣ ਆਪਾਂ KL ਟਾਵਰ ਲੱਗੇ।
ਸਟੇਸ਼ਨ ਦੇਖੋ ਆਪਣੇ ਸਟੇਸ਼ਨਾਂ ਵਰਗਾ ਹੀ ਹੈ, ਪੁਰਾਣਾ ਜਿਹਾ ਸਟੇਸ਼ਨ ਲੱਗਦਾ ਜਿੱਦਾਂ ਅੰਗਰੇਜ਼ਾਂ ਨੇ ਬਣਾਇਆ ਹੁੰਦਾ, ਪਰ ਇੱਥੇ ਜ਼ਿਆਦਾਤਰ ਚੀਜ਼ਾਂ ਚਾਈਨਾ ਵਾਲਿਆਂ ਨੇ ਬਣਾਈਆਂ ਨੇ। ਟ੍ਰੇਨ ਤੋਂ ਨਿਕਲ ਆਏ ਹੁਣ ਆਪਾਂ ਅੱਗੇ ਮਸਜਿਦ ਜਾਮਾ ਜਾਣਾ। ਯਾਰ ਇੱਥੇ ਵੀ ਆਪਾਂ ਹੋ ਕੇ ਗਏ ਹਾਂ ਪਿਛਲੀ ਵਾਰ, ਪਿਛਲੀ ਵਾਰ ਕੇਐਲ ਦੀ ਵਿੱਚ ਲੋਕਲ ਮਾਰਕੀਟ। ਇੱਥੇ ਟੂਰਿਸਟ ਕਾਫੀ ਜ਼ਿਆਦਾ ਆਉਂਦੇ ਆ ਮਲੇਸ਼ੀਆ ਦੇ ਵਿੱਚ। ਇਹ ਵੀ ਪ੍ਰੋਟੋਨ ਦੀ ਗੱਡੀ ਹੈ, ਪ੍ਰੋਟੋਨ ਦੇ ਕਾਫੀ ਜ਼ਿਆਦਾ ਮਾਡਲ ਹੈਗੇ, ਮੈਂ ਬਾਅਦ 'ਚ ਸਰਚ ਕਰਾਂਗਾ ਕਿਹੜਾ ਕਿਹੜਾ ਮਾਡਲ ਹੈ। ਇਹ ਮਾਰਕੀਟ ਦੇ ਵਿੱਚੋਂ ਆਪਾਂ ਕੋਈ ਸਮਾਨ ਸਮੂਨ ਲੈਣਾ। ਪੂਰੀ ਬਾਈ ਦੀ ਮਾਰਕੀਟ ਬਣਾਈ ਹੈ ਨਾ। ਜਿੱਦਾਂ ਆਪਣੇ ਬਾਜ਼ਾਰਾਂ ਦੇ ਵਿੱਚ ਲੱਗੇ ਹੁੰਦੇ ਸੂਟਕੇਸ ਵਗੈਰਾ, ਇੱਧਰ ਘੜੀਆਂ ਦੀਆਂ ਕਾਫੀ ਦੀਆਂ ਘੜੀਆਂ ਦੀਆਂ ਦੁਕਾਨਾਂ ਨੇ, ਸਾਰੇ ਕਾਫੀ ਵੇਚਦੇ ਆ। ਸਮਾਨ ਜ਼ਿਆਦਾ ਹੈ ਤੇ ਜਾਲੀ ਆ ਰੇਟ। ਹਾਂਜੀ ਨਹੀਂ ਕੀ ਕਰਨਾ, ਖੜਨਾ ਕਿੱਦਾਂ, ਕਿੰਨੇ ਦਾ? ਮੰਨ ਲਓ 100 ਦਾ ਹੋਇਆ ਤਾਂ ਕਿੰਨੇ ਦਾ ਹੋ ਗਿਆ, 1800 ਦਾ? ਸੋ ਰੇਟ ਕੋਈ ਬਹੁਤਾ ਜ਼ਿਆਦਾ ਘੱਟ ਨਹੀਂ ਹੈਗਾ ਸਾਨੂੰ, ਇੰਡੀਅਨ ਲੋਕਾਂ ਨੂੰ ਖਾਸ ਕਰਕੇ ਨਹੀਂ, ਕਿਉਂਕਿ ਆਪਣੇ ਸੇਲਾਂ ਬਹੁਤ ਲੱਗਦੀਆਂ ਔਨਲਾਈਨ, ਉਸ ਹਿਸਾਬ ਨਾਲ ਸਾਨੂੰ ਇਹ ਕੋਈ ਬਹੁਤਾ ਘੱਟ ਨਹੀਂ ਲੱਗਦਾ, ਮਹਿੰਗੇ ਹੀ ਨੇ ਸਮਝੋ। 150 ਦਾ ਵੀ ਹੋਇਆ ਤਾਂ ਮਤਲਬ 100 ਦਾ ਹੋਇਆ ਸਾਡੇ ਤਾਂ 1800 ਦੀ ਹੋ ਗਈ ਨਾ ਸਿੱਧੀ ਚੀਜ਼, ਉਸ ਹਿਸਾਬ ਨਾਲ ਕੈਲਕੂਲੇਸ਼ਨ ਮਾਰ ਕੇ ਦੇਖੋ ਤਾਂ ਅਜੇ ਤੱਕ ਸਾਨੂੰ ਕੋਈ ਇਹੋ ਜਿਹੀ ਚੀਜ਼ ਨਹੀਂ ਲੱਗੀ ਜਿਹਦੇ ਕਰਕੇ ਆਪਾਂ ਟਾਈਮ ਵੇਸਟ ਕਰੀਏ। ਇਹ ਕੋਈ ਸਟੋਰ ਹੈ ਕਹਿੰਦਾ ਇੱਥੇ ਵਧੀਆ ਸਮਾਨ ਮਿਲਦਾ, ਇਹ ਕਹਿੰਦੇ ਓਰੀਜਨਲ ਹੁੰਦਾ, ਬਾਕੀ ਇਹ ਬੀਬੀਆਂ ਦਾ ਸਮਾਨ ਹੈ ਸਾਡੇ ਕਾਹਦੇ ਕੰਮ ਦਾ। ਇਹ ਆਰਟਿਕਾ ਦੇਖੋ ਇੱਥੇ ਪਰ ਪ੍ਰੋਟੋਨ ਦੇ ਨਾਂ 'ਤੇ ਹੈ। ਆਪਾਂ ਇੱਥੇ ਜਾਣਾ, ਹਾਂ ਇਹ ਦੇਖੋ ਜੀ ਸਾਰੀ ਦੁਕਾਨ ਟੌਫੀਆਂ ਦੀ ਹੈ, ਟੌਫੀਆਂ ਦੇ ਭੰਡਾਰ ਲੱਗੇ ਪਏ ਆ, ਟੌਫੀਆਂ ਟੌਫੀਆਂ, ਔਰ ਇਹ ਸਾਰੀਆਂ ਟੌਫੀਆਂ ਨਾ ਤੋਲ ਕੇ ਮਿਲਦੀਆਂ। ਇਹ 9.80 ਰਿੰਗੜ ਦੀ 50 ਗ੍ਰਾਮ, ਇਹ ਸਾਰੀਆਂ ਤੋਲ ਕੇ, ਇੰਨੀਆਂ ਟੌਫੀਆਂ ਦੀਆਂ ਵਰਾਇਟੀਆਂ ਸਾਡੇ ਤਾਂ ਆਮ ਤੌਰ 'ਤੇ ਨਹੀਂ ਮਿਲਦੀ, ਇਹ ਸਾਰੇ ਵੇਟ ਕਰ ਕਰਕੇ ਰੱਖੇ ਹੋਏ ਆ। ਦੇਖੋ ਸਿਰਫ ਟੌਫੀਆਂ ਦੀ ਹੀ ਸ਼ੌਪ, ਕੈਂਡੀਜ਼ ਬਹੁਤ ਸੋਹਣੀਆਂ ਕੈਂਡੀਆਂ, ਕਹਿੰਦੇ ਅਲੱਗ ਅਲੱਗ ਫਲੇਵਰ ਹਰ ਤਰ੍ਹਾਂ ਦੀ, ਦੁਨੀਆ ਦਾ ਹਰ ਫਲੇਵਰ ਜਿਹੜਾ ਹੈ ਨਾ ਕੈਂਡੀ ਦੇ ਵਿੱਚ ਅਵੇਲੇਬਲ ਹੈ। ਕਿਲੋ ਕੁ ਲਵਾਂਗੇ, ਕਿਲੋ ਕੁ ਲੈ ਲਈਏ, ਨਿਆਣੇ ਖੁਸ਼ ਕਰ ਦਾਂਗੇ ਸਾਰੇ। ਆਪਾਂ ਨੇ ਇਹ ਲਏ ਆ ਤਿਲ ਨੇ, ਇਹ ਸਾਰੇ ਸੀਡਸ ਵਗੈਰਾ ਜਿਹੜੇ ਦੋਨੇ ਬਲੈਕ ਐਂਡ ਵਾਈਟ ਤਿਲ ਹੁੰਦੇ ਆ, ਉਹਨਾਂ ਦੀ ਚੋਕਲੇਟ ਟਾਈਪ ਬਣਾਈ ਹੈ, ਬਹੁਤ ਸਵਾਦ ਹੈ। ਪਹਿਲਾਂ ਆਪਾਂ ਇੱਕ ਪੈਕਟ ਲਿਆ ਸੀ ਪਿੱਛੇ ਇੱਕ ਦੁਕਾਨ ਤੋਂ, ਇਹ ਸਨਫਲਾਵਰ ਸੀਡਸ ਹੈ, ਅਤੇ ਇੱਦਾਂ ਹੀ ਇਹ ਸਾਰੇ ਨਾ ਅਲੱਗ ਅਲੱਗ ਸੀਡ ਹੈ, ਬਹੁਤ ਸੋਹਣੀਆਂ ਚੋਕਲੇਟ ਜਿਹੇ ਟਾਈਪ ਬਣਾਈਆਂ, ਸਵਾਦ ਵੀ ਐਨਰਜੀ ਵੀ ਹੈ। ਅਤੇ ਇਹ ਜੇ ਆਪਾਂ 3 ਨਾਲ ਲੈਂਦੇ ਹਾਂ ਤਾਂ ਸਾਨੂੰ 8 ਰੁਪਈਆ ਔਫ ਵੀ ਮਿਲ ਜਾਵੇ, 8 ਰਿੰਗਰ। ਅਤੇ ਸਕੂਟਰ ਜੇ ਥਾਂ ਥਾਂ ਲੱਗੇ ਹੁੰਦੇ ਆ, ਇਹ ਐਪ ਡਾਊਨਲੋਡ ਕਰਕੇ ਤੁਸੀਂ ਇੱਧਰ ਉੱਧਰ ਜਾ ਸਕਦੇ ਹੋ। ਫੂਡ ਕੋਰਟ ਜਿਹੜੇ ਬਹੁਤ ਬਣੇ ਹੋਏ ਆ, ਜਿੱਦਾਂ ਚੋਰਮਾ ਜਿਹਾ ਪਤਾ ਨਹੀਂ ਕੀ ਬੋਲਦੇ ਹਨ, ਇਹ ਵੀ ਵਧੀਆ ਚੱਲਦਾ ਕੰਮ, ਸਾਨੂੰ ਤਾਂ ਸਮੈਲ ਬੜੀ ਭੈੜੀ ਜਿਹੀ ਆਉਂਦੀ ਹੈ।
ਇਹ ਜ਼ਿਆਦਾ ਚੀਨੇ ਹੀ ਇੱਥੇ ਰਹਿੰਦੇ, ਚੀਨਿਆਂ ਦਾ ਹੀ ਖਾਣ ਪੀਣ ਦਾ ਸਮਾਨ। ਯਾਰ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਬਣਾਉਂਦੇ ਰਹਿੰਦੇ, ਇੱਥੋਂ ਤਾਂ ਇੱਦਾਂ ਦੇ ਹੁੰਦੇ ਜੇ ਗੈਸ। ਇਹ ਵਾਲੇ ਮੋਟਰਸਾਈਕਲ ਦੇਖ ਲਓ ਇੱਦਾਂ ਦੇ ਹੁੰਦੇ, ਇਹ ਆਮ ਹੀ ਇੱਦਾਂ ਦੇ ਸਕੂਟਰ ਚੱਲਦੇ, ਇਹਨਾਂ ਨੂੰ ਮੋਟੋ ਕਹਿੰਦੇ ਆ ਨਾ, ਮੋਟੋ। ਕੀ ਇਹ ਟਾਵਰ ਜਿਹਾ ਵਾਹਵਾ ਤਾਂ ਜਿਹਾ ਬਣਿਆ ਹੈ, 118 ਮੀਟਰ ਦਾ। ਇਹ ਕੀ ਇਹਨਾਂ ਦਾ ਚੱਲਦਾ ਪਿਆ, ਕੋਈ ਪ੍ਰੋਟੈਸਟ ਚੱਲਦਾ ਪਿਆ? ਖਾਣੇ ਵਾਲੀ ਕਰੋਲਾ ਇਹ ਵੀ ਇੱਥੇ ਹੈਗੀ, ਵਧੀਆ ਲੋਕਾਂ ਨੇ ਸਾਂਭ ਕੇ ਰੱਖੀ ਹੈ। ਇਹ ਹੋਂਡਾ ਸਿਟੀ ਹੈ, ਇਹ ਥੋੜ੍ਹੀ ਜਿਹੀ ਲਾਈਟਾਂ ਦੀ ਸ਼ੇਪ ਅਲੱਗ ਆ ਆਪਣੇ ਨਾਲ। ਬੱਸਾਂ ਦੇਖ ਲਓ, ਬੱਸਾਂ ਦੇ ਆਮ ਜਿੱਦਾਂ ਦੀਆਂ ਚੰਡੀਗੜ੍ਹ ਚੱਲਦੀਆਂ ਉਹਨਾਂ ਨਾਲ ਰਲਦੀਆਂ ਮਿਲਦੀਆਂ। ਸਾਫ਼ ਸਫਾਈ ਬਹੁਤ ਜ਼ਿਆਦਾ ਇਸ ਜਗ੍ਹਾ 'ਤੇ ਆਪਾਂ ਜਾਣਾ। ਆਹ ਦੇਖੋ ਜੀ, ਵਾਹ ਕਿਆ ਸੋਹਣੀ ਜਗ੍ਹਾ। ਕਿਹੜੀ ਜਗ੍ਹਾ ਹੈ? ਬਟੈਲੀਅਨ ਸਟਰੀਟ ਨੂੰ ਕਹਿੰਦੇ ਜੀ ਸੈਂਟਰਲ ਮਾਰਕੀਟ, ਅਤੇ ਇਹਦੇ ਅੰਦਰ ਕਾਫੀ ਵੱਡੀ ਮਾਰਕੀਟ ਬਣੀ ਹੈ, ਵਿੱਚ ਮੈਟਰੋ ਹੈ, ਉਹ ਮੈਟਰੋ ਲੈ ਕੇ ਆਪਾਂ ਗਾਂ ਪਿਛਾਂ ਜਿੱਥੇ ਜਾਣਾ ਚੱਲ ਜਾਂਗੇ। ਇਹ ਜੀ ਸੈਂਟਰ ਮਾਰਕੀਟ, ਇਹਦੇ ਅੰਦਰ ਦੁਕਾਨਾਂ ਦੁਕਾਨਾਂ ਬਣੀਆਂ ਕਾਫੀ ਜ਼ਿਆਦਾ। ਦੇਖਾਂਗੇ ਮਾਹੌਲ ਚਾਲ, ਵਾਹ ਸੋਹਣੀ ਜਗ੍ਹਾ। ਫਰੂਟਸ ਵਗੈਰਾ ਬਹੁਤ ਦੇਖੋ, ਇਹ ਅੰਬ ਨੇ ਏਡੇ ਏਡੇ ਵੱਡੇ ਅੰਬ, ਦੋ ਦੋ ਕਿਲੋ ਦਾ ਅੰਬ ਹੋਣਾ। ਸਾਫ਼ ਸਫਾਈ ਬਹੁਤ ਜ਼ਿਆਦਾ। ਕੀ ਇੱਥੋਂ ਪੱਕਾ ਮਿਲੂਗਾ? ਕੌਫੀ ਹੈ, ਕੌਫੀ ਬੀਨਸ ਜਿਹੜੇ ਆਉਂਦੇ ਨਾ ਓਰੀਜਨਲ, ਉਹ ਹੈ, ਪੀ ਕੇ ਇਹਨਾਂ ਨੂੰ ਕਈ ਕੌਫੀ ਪੀਂਦੇ ਆ। ਕਾਫੀ ਕੁਛ ਸਮਾਨ ਹੈਗਾ ਇੱਥੇ ਖਾਣ ਪੀਣ ਵਾਲਾ, ਅਸੀਂ ਕੁਛ ਸਪੈਸ਼ਲ ਚੀਜ਼ ਲੱਭਦੇ ਪਏ ਹਾਂ ਸਾਨੂੰ ਕਿਸੇ ਨੇ ਕਿਹਾ ਲੈਣ ਵਾਸਤੇ। ਇਹ ਜਿਹੜੀ ਦੁਕਾਨ ਹੁਣੇ ਆਪਾਂ ਸਾਰੀ ਦੇਖੀ ਹੈ, ਬਹੁਤ ਸੋਹਣੀ ਦੁਕਾਨ, ਬਹੁਤ ਸੋਹਣਾ ਸਮਾਨ ਸੀ ਸਾਰਾ, ਅਤੇ ਬੜੀ ਖੁਸ਼ੀ ਹੋਈ ਇਹ ਗੱਲ ਸੁਣ ਕੇ ਕਿ ਇਹ ਆਪਣੇ ਸਿੱਖ ਭਰਾ ਦੀ ਦੁਕਾਨ ਆ, ਅਤੇ ਬਹੁਤ ਪੁਰਾਣੇ ਮਲੇਸ਼ੀਆ ਦੇ ਵਿੱਚ ਸੈਟਲ ਹੋਏ ਨੇ, ਅਤੇ ਉਹਨਾਂ ਦੀ ਇਹ ਸਾਰੀ ਸ਼ੌਪ ਸੀਗੀ। ਅਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਸਹੁਰੇ ਵੀ ਚੰਡੀਗੜ੍ਹ ਆ, ਅਤੇ ਇਹਨਾਂ ਨੂੰ ਬੜੀ ਖੁਸ਼ੀ ਹੋਈ ਜਦੋਂ ਆਪਾਂ ਦੱਸਿਆ ਕਿ ਅਸੀਂ ਵੀ ਚੰਡੀਗੜ੍ਹ ਤੋਂ ਆਏ, ਅਤੇ ਹਜੇ ਥੋੜ੍ਹੇ ਦਿਨ ਪਹਿਲਾਂ ਹੀ ਇਹ ਚੰਡੀਗੜ੍ਹ ਤੋਂ ਆਏ ਨੇ ਇੱਥੇ ਦੁਬਾਰਾ, ਹਰ ਸਾਲ ਹੀ ਜਾਂਦੇ ਆ, ਅਤੇ ਬਹੁਤ ਵਧੀਆ ਲੱਗਿਆ, ਬਹੁਤ ਜ਼ਿਆਦਾ ਮਾਣ ਸਤਿਕਾਰ ਉਹਨਾਂ ਨੇ ਕੀਤਾ। ਬੜੀ ਖੁਸ਼ੀ ਹੁੰਦੀ ਹੈ ਜਦੋਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦੀ ਚੜ੍ਹਦੀ ਕਲਾ ਦੇਖੀ ਦੀ ਹੈ, ਵੱਡੇ ਵੱਡੇ ਕਾਰੋਬਾਰ ਦੇਖੀ ਦੀ ਹੈ, ਜਿੱਥੇ ਹੋਰ ਲੋਕਾਂ ਦੇ ਛੋਟੀ ਛੋਟੀਆਂ ਦੁਕਾਨਾਂ ਨੇ, ਐਡਾ ਤਗੜਾ ਸ਼ੋਰੂਮ ਟਾਈਪ, ਇੰਨੀ ਵਧੀਆ ਦੇਖੋ ਕਿੱਡੀ ਵੱਡੀ ਹੈ, ਆਹ ਸਾਰਾ ਸ਼ੋਰੂਮ ਜਿਹਾ ਇਹਨਾਂ ਦਾ। ਅਤੇ ਹਜੇ ਵੀ ਮੈਂ ਕਿਹਾ, ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਭਾਅ ਜੀ ਤੁਹਾਡਾ ਆਪਣਾ ਸਰ? ਕਹਿੰਦਾ ਨਹੀਂ ਨਹੀਂ ਮੇਰਾ ਨਹੀਂ ਹੈ, ਕਹਿੰਦਾ ਤੁਹਾਡਾ ਹੀ ਹੈ, ਆਮ ਪੰਜਾਬੀਆਂ ਦਾ ਹੀ ਹੈ, ਸਾਰਿਆਂ ਦਾ ਹੀ ਹੈ, ਮੇਰਾ ਕੁਛ ਨਹੀਂ ਹੈਗਾ। ਇੱਥੇ ਚੰਗੀ ਗੱਲ ਹੈ, ਚਲੋ ਡਾਊਨ ਟੂ ਅਰਥ ਰਹਿਣਾ। ਚੋਕਲੇਟ ਕੈਂਡੀ ਵਗੈਰਾ ਦਿੰਦੇ ਆ। ਸੈਰਾਂ ਹੋ ਰਹੀਆਂ ਨੇ, ਪੰਜਾਬੀ ਜਦੋਂ ਵੀ ਇੰਡੀਅਨ ਲੋਕ ਖਾਸ ਕਰਕੇ ਜਦੋਂ ਵੀ ਕਿਸੇ ਬਾਹਰਲੇ ਦੇਸ਼ਾਂ 'ਚ ਜਾਂਦੇ ਹਾਂ ਆਪਾਂ, ਤਾਂ ਕੈਲਕੂਲੇਸ਼ਨਾਂ ਸਾਡੀਆਂ ਬਹੁਤ ਵੱਜਦੀਆਂ, ਮੈਂ ਹੁਣ ਮਹਿਸੂਸ ਕਰ ਰਿਹਾ ਕੱਲ੍ਹ ਪਰਸੋਂ ਦੇ ਵੀ,
ਇਹ ਗੱਲ ਕਿ ਆਪਾਂ ਕੈਲਕੂਲੇਸ਼ਨ ਮਾਰਦੇ ਹਾਂ ਹਰ ਚੀਜ਼ 'ਤੇ, ਅਤੇ ਜਦੋਂ ਕੈਲਕੂਲੇਸ਼ਨ ਮਾਰੀ ਦੀ ਤਾਂ ਫਿਰ ਅਸੀਂ ਸੋਚਦੇ ਨਾ ਯਾਰ ਇੰਨੀ ਦੀ ਤਾਂ ਇੰਡੀਆ 'ਚ ਮਿਲ ਜਾਣੀ, ਇਹ ਤਾਂ ਮਹਿੰਗੀ ਹੈ। ਸੋ ਹੁਣ ਵੀ ਆਪਾਂ ਇੱਦਾਂ ਹੀ ਕਰ ਰਹੇ ਹਾਂ, ਕੈਲਕੂਲੇਸ਼ਨਾਂ ਮਾਰ ਰਹੇ। ਪਰ ਇੱਕ ਚੀਜ਼ ਮੈਂ ਇੱਥੇ ਨੋਟ ਕੀਤੀ, ਜਿਹੜਾ ਸਮਾਨ ਜਿਹੜਾ ਉਹ ਆਪਣੇ ਲੁਧਿਆਣੇ ਤੋਂ ਬਣ ਕੇ ਆ ਰਿਹਾ, ਦਿੱਲੀ ਤੋਂ ਬਣ ਕੇ ਆ ਰਿਹਾ। ਇਹ ਸਮਾਨ ਕੱਪੜੇ ਕੁੱਪੜੇ ਖਾਸ ਕਰਕੇ ਜ਼ਿਆਦਾ ਹੈ ਹੀ ਲੁਧਿਆਣੇ ਦੇ ਨੇ, ਅਤੇ ਫਿਰ ਜੇ ਕੱਪੜੇ ਲੁਧਿਆਣੇ ਦੇ ਨੇ ਤਾਂ ਫਿਰ ਆਪਾਂ ਇੱਥੋਂ ਇੰਨਾ ਚੁੱਕ ਕੇ ਭਾਰ ਖੜਨਾ ਹੀ ਕਿਉਂ ਆ ਜਦੋਂ ਬਣ ਕੇ ਉੱਥੇ ਆ ਰਿਹਾ। ਇੱਥੇ ਵੀ ਕਾਪੀਆਂ ਕਾਪੀਆਂ ਦਾ ਬੜਾ ਕੰਮ, ਬ੍ਰਾਂਡਾਂ ਦੀਆਂ ਕਾਪੀਆਂ ਬਹੁਤ ਜ਼ਿਆਦਾ ਨੇ। ਇੱਦਾਂ ਦੀਆਂ ਦੁਕਾਨਾਂ ਬਹੁਤ ਸੋਹਣੀਆਂ ਲੱਗਦੀਆਂ, ਬਹੁਤ ਸਾਫ਼ ਸਫਾਈ ਨਾਲ ਹਰ ਚੀਜ਼ ਬਣਾਉਂਦੇ ਆ। ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿੱਦਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਖਾਣ ਵਾਲੀਆਂ ਕੀ ਚੀਜ਼ਾਂ, ਮਤਲਬ ਇਹ ਤਾਂ ਖਾਣ ਵਾਲੀਆਂ ਚਲੋ, ਪਰ ਸਮਝ ਨਹੀਂ ਲੱਗਦੀ ਕਿ ਵੈੱਜ ਜਾਂ ਨੌਨ ਵੈੱਜ। ਆਪਣੇ ਇੱਕ ਸਾਈਨ ਰੱਖਿਆ ਗ੍ਰੀਨ ਰੈੱਡ ਦਾ, ਵੈੱਜ ਔਰ ਨੌਨ ਵੈੱਜ ਦਾ, ਉਹਦੀ ਪ੍ਰੋਬਲਮ ਇੱਥੇ ਆਉਂਦੀ ਹੈ ਬਹੁਤ ਜ਼ਿਆਦਾ। ਇੱਥੇ ਇੱਦਾਂ ਦਾ ਕੋਈ ਸਾਈਨ ਨਹੀਂ ਹੈਗਾ ਜਿਹਦੇ ਨਾਲ ਪਤਾ ਲੱਗ ਜਾਵੇ। ਪੜ੍ਹ ਕੇ ਹੀ ਦੇਖਣਾ ਪੈਂਦਾ ਹਰ ਚੀਜ਼ ਨੂੰ, ਪੜ੍ਹਾਂਗੇ ਫਿਰ ਪਤਾ ਲੱਗੂਗਾ ਕਿ ਇਹ ਵੈੱਜ ਜਾਂ ਨੌਨ ਵੈੱਜ। ਜਦੋਂ ਬੰਦਾ ਥੱਕ ਜਾਂਦਾ ਨਾ ਫਿਰ ਔਖਾ ਹੋ ਜਾਂਦਾ, ਜਿਹੜਾ ਮੇਰੇ ਵਰਗਾ ਬੰਦਾ ਫਿੱਟ ਹੈ ਨਾ ਉਹਨੂੰ ਔਖਾ ਹੋ ਜਾਂਦਾ ਫਿਰ ਧੂ ਧੂ ਕੇ ਬੰਦੇ ਲਿਆਉਣੇ। ਹੈਂ ਕਿੱਥੇ ਝੰਡਾ, ਕਿੱਥੇ ਝੰਡਾ, ਇਹ ਕਿੱਦਾਂ? ਅੱਛਾ ਇਹਨਾਂ ਦਾ ਝੰਡਾ ਜੀ, ਇਹ ਮਲੇਸ਼ੀਅਨ ਝੰਡਾ, ਸੋਹਣਾ ਹੈਂ ਕੀ। ਅੱਛਾ ਝੰਡਾ ਵਿਖਾਇਆ ਸਾਨੂੰ, ਇੱਦਾਂ ਪਤਾ ਨਹੀਂ ਲੱਗਣਾ ਯਾਰ ਰਣਜੋਤ ਸਿੰਘ ਨੇ ਇਹ ਝੰਡਾ ਵਿਖਾਇਆ, ਦੇਖੋ ਆਹ ਝੰਡਾ ਜੇ ਮਲੇਸ਼ੀਆ ਦਾ। ਧੰਨਵਾਦ ਦੱਸਣ ਲਈ, ਸਾਨੂੰ ਇੱਦਾਂ ਪਤਾ ਨਹੀਂ ਲੱਗਣਾ। ਇਹ ਦੇਖੋ ਇਹ ਮੋਟਰਸਾਈਕਲ ਜੇ, ਇਹ ਸਾਡੇ ਦੇਖੋ ਫਤਿਹ ਕੋਲ ਵੀ ਇਹਦੇ ਨਾਲ ਦੇ ਹੀ ਹੈ, ਕੀ ਵੀ ਇਹਦਾ ਦੋਨੇ ਇੱਕੋ ਜੇ, ਹਾਂ ਮੋਡੀਫਾਈ ਕੀਤਾ, ਸੋਹਣਾ ਹੈ ਵਧੀਆ ਮੋਟਰਸਾਈਕਲ। ਗੋਰੇ ਬਹੁਤ ਤੁਰੇ ਫਿਰਦੇ ਇੱਥੇ ਗਰਮੀ ਕਰਕੇ, ਆਸਟ੍ਰੇਲੀਆ ਨਹੀਂ ਚੀਨੇ ਵੀ ਹੈਗੇ, ਗੋਰੇ ਵੀ ਹੈਗੇ ਆ ਆਸਟ੍ਰੇਲੀਆ ਤਾਂ ਮੈਨੂੰ ਲੱਗਦਾ। ਇਹ ਬੀਬੀਆਂ ਕੁਛ ਵੇਚ ਰਹੀਆਂ ਨੇ, ਦੂਰੋਂ ਸਮੋਸੇ ਜਿਹੇ ਲੱਗਦੇ ਸੀ। ਇਹ ਹੋ ਰਹੀ ਹੈ ਕੁਛ ਫਿਸ਼, ਕਹਿੰਦਾ ਫਿਸ਼ ਹੈ। ਵਾਹ ਇਹ ਦੇਖੋ ਜੀ, ਇਹ ਮਸਜਿਦ ਹੈ, ਅੱਛਾ ਕੁਆਲਾਲੰਪੁਰ ਦੀ ਮਸਜਿਦ। ਇਹ ਹੈ ਜੀ ਕੁਆਲਾਲੰਪੁਰ ਦੀ ਮਸਜਿਦ, ਕਾਫੀ ਪੁਰਾਣੀ ਮਸਜਿਦ ਹੈ ਦੱਸੀ ਜਾਂਦੀ ਹੈ, ਬਹੁਤ ਸੋਹਣੀ ਖੂਬਸੂਰਤ ਬਣੀ ਹੋਈ ਹੈ, ਹਜੇ ਤੱਕ ਇਹਨਾਂ ਨੇ ਮੈਂਟੇਨ ਕਰਕੇ ਰੱਖੀ ਹੈ। ਅਤੇ ਨਾਲ ਦੀ ਨਾਲ ਬਹੁਤ ਖੂਬਸੂਰਤ ਪਾਣੀ ਜਿਹੜਾ ਵਹਿੰਦਾ ਵਾ, ਇੱਧਰ ਥੱਲੇ ਵੀ ਤੁਸੀਂ ਦੇਖ ਸਕਦੇ ਹੋ, ਇੱਧਰ ਸਾਡੇ ਸਰਦਾਰ ਸਾਹਿਬ ਹੋਣੀ ਆਨੰਦ ਮਾਣ ਰਹੇ ਆ ਮਲੇਸ਼ੀਆ ਦੀ ਗਰਮੀ ਦਾ। ਕੱਲ੍ਹ ਮੌਸਮ ਬਹੁਤ ਸੋਹਣਾ ਸੀ, ਅੱਜ ਮੌਸਮ ਬਹੁਤਾ ਹੀ ਗਰਮ ਹੋਇਆ ਪਿਆ, ਗਰਮੀ ਦੇ ਵਿੱਚ ਪਸੀਨੋ ਪਸੀਨੀ ਹੋ ਜਾਂਦੇ ਆ। ਪਿਛਲੀ ਵਾਰ ਨਾ ਹਜੇ ਤੱਕ ਤਾਂ ਥੋੜ੍ਹੀ ਜਿਹੀ ਗਰਮੀ ਘੱਟ ਲੱਗ ਰਹੀ, ਪਰ ਗਰਮੀ ਹੈ ਬਹੁਤ ਆ। ਪਿਛਲੀ ਵਾਰ ਵੀ ਸ਼ਾਇਦ ਇੱਧਰ ਨੂੰ ਆਏ ਸੀ ਆਪਾਂ, ਹੁਣ ਯਾਦ ਨਹੀਂ ਮੈਨੂੰ ਚੰਗੀ ਤਰ੍ਹਾਂ। ਇੱਥੇ ਸਾਹਮਣੇ ਕਲੋਕ ਲਾਈ ਆ, ਇਹਨੇ ਟਾਈਮ ਟੂਮ ਵੇਖਣਾ ਹੋਏ ਵੇਖ ਸਕਦੇ ਹੋ। ਸੋਹਣੀ ਜਗ੍ਹਾ ਹੈ, ਬਹੁਤ ਸੋਹਣਾ ਵਿਊ ਬਣਦਾ ਇੱਧਰ। ਅਤੇ ਇਹਨੇ ਸ਼ੁਰੂਆਤੀ ਦਿਨਾਂ 'ਚ ਇਸ ਜਗ੍ਹਾ 'ਤੇ ਵੀ ਕੰਮ ਕੀਤਾ ਹੈ, ਜਦੋਂ ਸੰਘਰਸ਼ ਦੇ ਦਿਨ ਸੀ ਉਹਨਾਂ ਦਿਨਾਂ ਦੇ ਵਿੱਚ। ਇਸ ਟਾਈਮ ਮਲੇਸ਼ੀਆ ਦੇ ਵਿੱਚ ਵੈਲ ਸੈਟਲਡ ਹੈਗਾ, ਵਧੀਆ ਕਾਰੋਬਾਰ ਚੱਲਦਾ। ਹੁਣ ਮੁੰਡਾ ਸਾਡਾ ਠੇਕੇ ਠੁਕੇ ਵੀ ਲੈਣ ਲੱਗ ਗਿਆ, ਅਤੇ ਇਹ ਵੀ ਮੁੰਡਾ ਪੰਜਾਬ ਤੋਂ ਆ, ਇਹ ਵੀ ਮੁੰਡਾ ਆਪਣਾ ਵੀਰ ਪੰਜਾਬ ਤੋਂ ਆ। ਕੀ ਹਾਲ ਆ ਵੀਰ, ਹੋਰ ਕਿੱਥੋਂ? ਇਹ ਹੁਣ ਆਪਾਂ ਮੈਟਰੋ ਸਟੇਸ਼ਨ ਅੱਗੇ ਲੈਣਾ, ਅਤੇ ਇੱਥੇ ਲੋਕਾਂ ਨੇ ਨਾ ਸਕੂਟਰ ਵੀ, ਜਿੱਦਾਂ ਪਾਰਕਿੰਗ ਬਹੁਤ ਵਧੀਆ ਤਰੀਕੇ ਨਾਲ ਲਾਈ ਹੁੰਦੀ ਹੈ ਹਰ ਜਗ੍ਹਾ 'ਤੇ, ਪਾਰਕਿੰਗ ਸਪੇਸਾਂ ਬਣੀਆਂ, ਜਿੱਥੇ ਸਕੂਟਰ ਆ ਉੱਥੇ ਕਾਰ ਨਹੀਂ ਲੱਗਦੀ, ਜਿੱਥੇ ਕਾਰ ਆ ਉੱਥੇ ਸਕੂਟਰ ਨਹੀਂ ਲੱਗ ਸਕਦਾ, ਵਧੀਆ ਤਰੀਕੇ ਨਾਲ ਮੈਨੇਜ ਕੀਤੀਆਂ ਹੁੰਦੀਆਂ। ਫੂਡ ਕੋਰਟ ਛੋਟੇ ਛੋਟੇ ਹਰ ਜਗ੍ਹਾ 'ਤੇ, ਕੁਛ ਨਾ ਕੁਛ ਖਾਣ ਪੀਣ ਦਾ ਪ੍ਰਬੰਧ, ਮਿਹਨਤੀ ਲੋਕ ਨੇ, ਚਾਈਨੀਜ਼ ਲੋਕ ਨੇ ਜ਼ਿਆਦਾ, ਚੀਨੇ ਜੇ ਸਾਨੂੰ ਤਾਂ ਸਾਰੇ ਲੱਗਦੇ ਆ,
ਹੋ ਸਕਦਾ ਕਿਸੇ ਹੋਰ ਦੇਸ਼ ਦੇ ਹੋਣ। ਆ ਟ੍ਰੇਨ ਦਾ ਜਿਹੜਾ ਅਗਲਾ ਹਿੱਸਾ ਇੱਥੇ ਲਾਇਆ, ਜੇ ਤੁਸੀਂ ਆਨੰਦ ਲੈਣਾ, ਫੀਲਿੰਗ ਲੈਣੀ ਟ੍ਰੇਨ ਚਲਾਉਣ ਦੀ, ਆ ਥੱਲੋਂ ਦੀ ਵੜ ਕੇ ਸਾਹਮਣੇ ਆ ਸਕਦੇ ਹੋ ਅਤੇ ਫੋਟੋਗ੍ਰਾਫਰੀ ਵਧੀਆ ਹੋ ਜਾਂਦੀ ਹੈ, ਸੋਹਣੀ ਚੀਜ਼ ਬਣਾਈ ਹੈ। ਡਾਇਟ ਕੋਕ ਦਾ ਜਿਹੜਾ ਕੈਨ ਹੈ ਇੱਥੇ ਇੰਡੀਆ ਦੇ 60 ਰੁਪਏ ਦਾ ਮਿਲਦਾ, 30-30 ਰੁਪਏ ਦਾ ਮਿਲਦਾ ਹੈ, ਅਤੇ ਹੋਰ ਚੀਜ਼ਾਂ ਲੈਣ ਨਾਲੋਂ ਇੱਥੇ ਮੈਨੂੰ ਲੱਗਦਾ ਇਹੋ ਠੀਕ ਰਹਿੰਦਾ। ਪਾਣੀ ਇੱਥੇ ਮਹਿੰਗਾ ਮਿਲਦਾ ਹੈ। ਇਹ ਵੀ ਮਲੇਸ਼ੀਅਨ ਡਰਿੰਕ ਆ, ਐਨਰਜੀ ਡਰਿੰਕ ਆ, ਹਾਂ ਇਹਦੇ ਇਹਦੇ ਨਾਲ ਤਾਕਤਾਂ ਜੀ ਆ ਜਾਂਦੀਆਂ ਕਹਿੰਦੇ। ਐਨਰਜੀ ਹੈ ਨਹੀਂ, ਐਨਰਜੀ ਹੈ ਨਹੀਂ, ਐਨਰਜੀ ਵਾਲੀਆਂ ਚੀਜ਼ਾਂ ਹੁਣ ਹੋਰ ਤੁਹਾਡੇ ਕੋਲ ਬਣੀਆਂ ਹੁੰਦੀਆਂ ਨੇ ਨਾ, ਉਹ ਇੱਥੇ ਆਉਣ ਨਹੀਂ ਨਾ ਦਿੰਦੇ ਜਹਾਜ਼ 'ਚ। ਅੱਛਾ, ਕਹਿੰਦੇ ਐਨਰਜੀ ਵਾਲੀਆਂ ਚੀਜ਼ਾਂ ਜਹਾਜ਼ 'ਚ ਆਉਣ ਨਹੀਂ ਦਿੰਦੇ ਇਹ ਲੋਕਾਂ ਨੂੰ, ਅਸਲ 'ਚ ਐਨਰਜੀਆਂ ਪਸੰਦ ਨਹੀਂ ਤਾਂ ਕਰਕੇ ਨਹੀਂ ਆਉਣ ਦਿੰਦੇ। ਦੇਖੋ ਇਹ ਇੱਥੇ ਬਾਹਰੋਂ ਲੋਕ ਕਿਉਂ ਆਉਂਦੇ ਨੇ, ਹਾਂ ਇਸੇ ਕਰਕੇ ਆਉਂਦੇ ਵੀ ਇੱਥੋਂ ਵਾਲੇ ਜਿਹੜੇ ਬੰਦੇ ਆ ਨਾ, ਉਹ ਜਿਹੜੀਆਂ ਲੋਕਲ ਜਿਹੜੀਆਂ ਸਾਡੇ ਵਾਲੀਆਂ ਐਨਰਜੀ ਵਾਲੀ ਚੀਜ਼ਾਂ ਉਹ ਨਹੀਂ ਖਾਂਦੇ। ਮੈਂ ਇੱਕ ਫੋਟੋ ਪਾਈ ਅਤੇ ਮੈਨੂੰ ਪਤਾ ਕਿ ਇੱਕ ਕਮੈਂਟ ਕਰਨ ਡਿਆ ਰੁਪਿੰਦਰ, ਕਹਿੰਦਾ ਕਰਾਲੀ ਮਸਾਜ ਇਹ ਲੋਕਾਂ ਦੇ ਦਿਮਾਗ 'ਚ ਹੀ ਇੱਕ ਵਜਾਈ ਗਈ। ਉਹ ਲੋਕਾਂ ਦੀ ਦੇਖੋ ਸੋਚ ਜਿਹੜੀ ਆ ਪਵਿੱਤਰ ਨਹੀਂ ਹੈਗੀ। ਹੁਣ ਆਪਾਂ ਜਾ ਰਹੇ ਹਾਂ KLCC ਮੈਟਰੋ 'ਤੇ ਜਾ ਰਹੇ ਹਾਂ। ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਜਿਹੜੀ ਥੱਲੇ ਚੱਲਦੀ ਉਹ ਜ਼ਿਆਦਾ ਫਾਸਟ ਹੁੰਦੀ ਹੈ, ਜਿਹੜੀ ਉੱਪਰ ਹੁੰਦੀ ਉਹ ਘੱਟ ਫਾਸਟ ਹੁੰਦੀ ਹੈ। ਆਪਾਂ ਪਹੁੰਚ ਗਏ ਜੀ KLCC। ਜੋ ਸਫ਼ਰ ਮੈਟਰੋ ਦਾ ਨਾ, ਬਾਹਲੇ ਘੈਂਟ ਸਫ਼ਰ ਹੈ, ਬਹੁਤ ਮਜ਼ਾ ਆਉਂਦਾ, ਟਾਈਮ ਬਹੁਤ ਜ਼ਿਆਦਾ ਬਚਦਾ। ਅਤੇ ਮੈਂ ਤਾਂ ਕਹਾਂਗਾ ਆਪਣੀਆਂ ਸਰਕਾਰਾਂ ਨੂੰ, ਸਰਦਾਰ ਭਗਵੰਤ ਸਿੰਘ ਮਾਨ ਨੂੰ, ਕਿ ਚੰਡੀਗੜ੍ਹ ਨੂੰ ਜਿੱਦਾਂ ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡੇ, ਇਹਨਾਂ ਸਾਰੇ ਪਾਸੇ ਨੂੰ ਮੈਟਰੋ ਚੱਲਣੀਆਂ ਚਾਹੀਦੀਆਂ। ਕਿਉਂਕਿ ਜੇ ਮੈਟਰੋ ਸਾਰੇ ਪਾਸੇ ਚੱਲਦੀਆਂ, ਪਬਲਿਕ ਟਰਾਂਸਪੋਰਟ ਸੋਲਿਡ ਹੁੰਦੀ ਹੈ, ਵਧੀਆ ਹੁੰਦੀ ਆ, ਨੈੱਟਵਰਕ ਸਟਰੋਂਗ ਹੁੰਦਾ, ਅਤੇ ਫਿਰ ਜਿਹੜਾ ਉਹ ਪੋਲਿਊਸ਼ਨ ਵੀ ਘੱਟਦਾ, ਸਾਰੇ ਪਾਸੇ ਸਰਕਾਰਾਂ ਦੇ ਖਰਚੇ ਵੀ ਘੱਟਦੇ ਆ, ਆਮ ਜਨਤਾ ਦਾ ਖਰਚਾ ਘੱਟਦਾ। ਕਿਉਂਕਿ ਇੱਦਾਂ ਆਪਾਂ ਕਿਤੇ ਵੀ ਜਾਣਾ, ਸਾਨੂੰ ਗੱਡੀ ਤੋਂ ਬਿਨਾਂ ਆਪਾਂ ਫਿਰ ਜਾ ਨਹੀਂ ਸਕਦੇ। ਬੱਸਾਂ 'ਚ ਖੱਜਲ ਖੁਆਰੀ ਬੜੀ ਹੈ, ਦੂਜੀਆਂ ਟ੍ਰੇਨਾਂ ਦੀ ਟਿਕਟਾਂ ਨਹੀਂ ਮਿਲਦੀਆਂ, ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ। ਉਹੀ ਜੇ ਮੈਟਰੋ ਵਰਗੀ ਸੁਵਿਧਾ ਮਿਲ ਜੇ ਚਾਰੇ ਪਾਸੇ, ਫਿਰ ਆਨੰਦ ਆਊਗਾ। ਮੈਟਰੋ ਸਟੇਸ਼ਨ ਬਹੁਤ ਵਧੀਆ ਬਣਾਏ ਗਏ, ਸਾਈਡਾਂ 'ਤੇ ਐਡਵਰਟਾਈਜ਼ਮੈਂਟ ਚੱਲਦੀ ਹੈ, ਸਕਰੀਨਾਂ ਲਾਈਆਂ ਨੇ। ਸਟੇਸ਼ਨ ਹੀ ਆ ਉਹ, ਦੇਖੋ ਅਤੇ ਉਹ ਕਿੰਨੀ ਕਿੰਨੀ ਵੱਡੀਆਂ ਬਿਲਡਿੰਗਾਂ, ਉਹ ਤੇਰੀ ਹੋਏ, ਮੈਂ ਡਿੱਗ ਚਲਾ ਸੀ ਥੱਲੇ ਤਾਂ ਉਹਨੂੰ ਮੂੰਹ ਵੱਡਿਆ ਸੀ। ਹੈਂ, ਮੀਂਹ ਆਉਣ ਲੱਗਾ ਇੱਥੋਂ ਲੈ ਕੇ। ਆਪਾਂ ਆ ਗਏ ਜੀ KLCC ਟਾਵਰ ਦੇ ਅੰਦਰ, ਹੁਣ ਤਾਂ ਜਾਵਾਂਗੇ ਉੱਪਰ ਤੱਕ ਜੇ ਜਾਇਆ ਗਿਆ। ਅਤੇ ਸਾਡੇ ਜਿੱਦਾਂ ਪੰਜਾਬੀ 'ਚ ਪੁਰਾਣੇ ਜਿੱਦਾਂ ਸੰਡਾਸ ਕਈ ਥਾਂ 'ਤੇ ਲਿਖਿਆ ਹੁੰਦਾ, ਪੰਜਾਬੀ 'ਚ ਹੁੰਦਾ ਜਾਂ ਹਿੰਦੀ 'ਚ ਹੁੰਦਾ ਸੀ? ਹਿੰਦੀ 'ਚ ਹੁੰਦਾ ਸੰਡਾਸ, ਅਤੇ ਚਲੋ ਕਿਸੇ ਭਾਸ਼ਾ 'ਚ ਹੁੰਦਾ ਹੋਏਗਾ, ਪਰ ਸਾਡੇ ਇੰਡੀਆ 'ਚ ਕਿਤੇ ਨਾ ਕਿਤੇ ਸੰਡਾਸ ਹੁੰਦਾ, ਔਰ ਇੱਥੇ ਉਹ ਹੁੰਦਾ ਟੰਡਾਸ। ਉਹ ਜਿੱਦਾਂ ਸਾਹਮਣੇ ਨਿਸ਼ਾਨ ਜਿਹੇ ਬਣੇ ਆ, ਬੀਬੀ ਬੰਦਾ ਬਣਾਏ ਆ, ਅਤੇ ਕਾਫੀ ਜ਼ਿਆਦਾ ਪੰਜਾਬੀ ਬੋਲੀ 'ਚੋਂ ਇਹਨਾਂ ਦੀਆਂ ਗਾਲਾਂ ਗੁਲਾਂ। ਸਟੇਸ਼ਨ ਆਪਾਂ ਸਟੇਸ਼ਨ ਕਹਿੰਦੇ ਹਾਂ, ਕਹਿੰਦੇ ਸਟੇਸ਼ਨ, ਹਾਂ ਸਟੇਸ਼ਨ, ਮਤਲਬ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਨੇ ਪੰਜਾਬੀ 'ਚੋਂ ਸਾਡੇ ਚੁੱਕੀਆਂ ਹੋਈਆਂ ਨੇ। ਹਾਂ ਇੱਧਰ ਹੈਗਾ ਭਾਅ ਜੀ, ਜਾ ਸਕਦੇ ਤੁਸੀਂ। ਆਹ ਪਹਿਲੀ ਵਾਰੀ ਗੁੱਚੀ ਦਾ, ਨਹੀਂ ਦੂਜੀ ਵਾਰ ਦੇਖਿਆ ਗੁੱਚੀ ਦਾ ਸ਼ੋਰੂਮ, ਆਹ ਦੇਖ ਲਾ ਗੁੱਚੀ ਦਾ, ਪਿਛਲੀ ਵਾਰ ਵੀ ਦੇਖਿਆ ਸੀ ਵੈਸੇ। ਦੋਸਤੋ ਇਹ ਜੀ ਉਹ ਜਗ੍ਹਾ ਜਿਹਦੇ ਦਰਸ਼ਨ ਕਰਨ ਲੋਕ ਆਉਂਦੇ ਆ ਦੂਰੋਂ ਦੂਰੋਂ। KLCC ਟਾਵਰ ਸ਼ਾਇਦ ਬੋਲਦੇ ਇਹਨਾਂ ਨੂੰ। ਉਹ ਉੱਪਰ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ,
ਇੱਥੇ ਲੋਕ ਇੱਧਰ ਉੱਧਰ ਨੂੰ ਜਾਂਦੇ ਆ, ਟਿਕਟ ਲੱਗਦੀ ਹੈ ਉੱਤੇ ਜਾਣ ਵਾਸਤੇ, ਉਹ ਉੱਪਰ ਤੱਕ ਵੀ ਲੋਕ ਜਾਂਦੇ ਆ ਉਹ ਐਂਡ ਤੱਕ। ਉਹ ਦੇਖੋ ਆਪਾਂ ਇੱਥੋਂ ਦਿਖਾਉਂਦੇ ਹਾਂ ਤੁਹਾਨੂੰ, ਕੋਸ਼ਿਸ਼ ਕਰਦੇ ਉੱਪਰ ਜਾਣ ਦੀ ਵੀ। ਲੋਕ ਇੱਥੇ ਤਸਵੀਰਾਂ ਖਿਚਾ ਖਿਚਾ ਕੇ, ਸਭ ਤੋਂ ਜ਼ਿਆਦਾ ਫੋਟੋਆਂ ਇੱਥੇ ਲਈਆਂ ਜਾਂਦੀਆਂ ਨੇ। ਪਿਛਲੀ ਵਾਰ ਜਦੋਂ ਆਪਾਂ ਇੱਥੇ ਆਏ ਸੀ ਸਾਨੂੰ ਪੰਜਾਬੀ ਬਹੁਤ ਲੱਭਦੇ ਸੀ, ਸਰਦਾਰ ਮੁੰਡੇ ਬੜੇ ਲੱਭਦੇ ਸੀ। ਇਸ ਵਾਰ ਬਹੁਤ ਘੱਟ ਸਰਦਾਰ ਮੁੰਡੇ ਆ, ਸਰਦਾਰ ਪੰਜਾਬੀ ਇੰਡੀਅਨਸ, ਕਿਉਂ ਹਜੇ ਕਿ ਵੀਜ਼ਾ ਇਹਨਾਂ ਨੇ ਫੁੱਲ ਦੇ ਰੱਖੀ ਹੈ ਦਸੰਬਰ ਤੱਕ, ਜਿੰਨੇ ਮਰਜ਼ੀ ਆਓ ਜਾਓ, ਪਰ ਫਿਰ ਵੀ ਲੋਕ ਪਤਾ ਨਹੀਂ ਕਿਉਂ ਇਸ ਵਾਰ ਮਿਲ ਨਹੀਂ ਰਹੇ, ਲੋਕਾਂ ਦਾ ਰੁਝਾਨ ਘੱਟ ਗਿਆ ਇੱਧਰ ਆਉਣ ਵੱਲ। ਮੌਸਮ ਅੱਜ ਬਹੁਤ ਵਧੀਆ ਹੁਣ ਹੋ ਗਿਆ, ਪਹਿਲਾਂ ਸਵੇਰ ਦੀ ਤਾਂ ਗਰਮੀ ਬੜੀ ਜ਼ਿਆਦਾ ਪੈਂਦੀ। ਸੋ ਆਹ ਤੁਸੀਂ ਦੇਖ ਲਓ ਦ੍ਰਿਸ਼, ਇਹ ਕਹਿੰਦੇ ਜੀ ਸਟੀਲ ਦਾ ਇੱਥੇ ਜਿਹੜਾ ਜ਼ਿਆਦਾ ਕੰਮ ਕੀਤਾ ਗਿਆ, ਸਟੀਲ ਦੀ ਬਣਾਈ ਗਈ ਹੈ, ਸਭ ਤੋਂ ਉੱਚੀ ਬਿਲਡਿੰਗ ਹੈ ਮਲੇਸ਼ੀਆ ਦੀ। ਇਹਦੇ ਉੱਤੇ ਇੱਕ ਹੋਰ ਟਾਵਰ ਜਿਹੜਾ ਬਣਾਇਆ, ਜਿਹੜਾ ਮੈਂ ਕੱਲ੍ਹ ਤੁਹਾਨੂੰ ਵੀਡੀਓ 'ਚ ਦਿਖਾਇਆ ਸੀ, ਇਹ ਬਿਲਡਿੰਗ ਬਣ ਰਹੀ ਹੈ, ਕਹਿੰਦੇ ਅਸੀਂ ਇਹਦੂ ਵੀ ਉੱਪਰ ਬਣਾਉਣੀ ਆ, ਲੱਗਦੀ ਨਹੀਂ ਬਣੇਗੀ। ਕਹਿੰਦੇ ਜੀ ਇਹ ਬਿਲਡਿੰਗ ਆਪਾਂ ਇਹਨਾਂ ਟਾਵਰਾਂ ਤੋਂ ਵੀ ਉੱਚੀ ਬਣਾਉਣੀ। ਕਾਫੀ ਖੂਬਸੂਰਤ ਨਜ਼ਾਰਾ, ਚਲੋ ਥੱਲੇ ਨੂੰ, ਫੋਟੋਆਂ ਕਾਫੀ ਖਿੱਚ ਲੀਆਂ। ਆਪਣਾ ਵੀਰ ਇੱਕ ਅੰਮ੍ਰਿਤਸਰ ਤੋਂ ਮਿਲਿਆ, ਅਤੇ ਹੁਣ ਆਪਾਂ ਥੱਲੇ ਜਾ ਰਹੇ ਹਾਂ। ਇੱਕ ਪਾਰਕ ਜਿਹੀ ਪਿਛਲੀ ਵਾਰ ਦੇਖੀ, ਬਹੁਤ ਸੋਹਣੀਆਂ ਫੋਟੋਆਂ ਇੱਥੇ ਹੁੰਦੀਆਂ। ਸੰਤ ਨੇ ਪੂਰਾ ਨਜ਼ਾਰਾ ਲੈਣਾ ਹੀ ਹੈ, ਸੰਤ ਜੰਮੇ ਨਜ਼ਾਰੇ ਲੈਣ ਵਾਸਤੇ। ਦੇਖੋ ਜੇ ਸੰਤਾਂ ਨੂੰ ਖੁਸ਼ ਰੱਖੋਗੇ ਤਾਂ ਸੰਤ ਤੁਹਾਨੂੰ ਦੇਣਗੇ ਵਰ। ਸੰਤ ਖੁਸ਼ ਕਿੱਦਾਂ ਹੁੰਦੇ ਭਲਾ? ਜੇ ਤੁਸੀਂ ਸੰਤਾਂ ਨੂੰ ਖੁਸ਼ ਨਾ ਕੀਤਾ ਤੇ ਸੰਤ ਸ਼ਰਾਬ ਵੀ ਦੇਣਗੇ। ਵੀਰ ਨੇ ਬਾਬਿਆਂ ਦੀ ਗੱਲ ਕੀਤੀ, ਵੀਰ ਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਬਾਬਿਆਂ ਦਾ। ਇਹ ਵੀਰ ਨੂੰ ਅਜੇ ਸਾਡੇ ਇਤਿਹਾਸ ਦਾ ਨਹੀਂ ਪਤਾ, ਬਾਬਿਆਂ ਰਿਲੇਟਡ ਇਹ ਜਾਣਦਾ ਨਹੀਂ ਹੈਗਾ। ਵੀਰ ਕਹਿੰਦਾ ਜੇ ਨਜ਼ਾਰੇ ਲੈਣੇ ਤਾਂ ਬਾਬੇ ਬਣ ਜਾਓ। ਬਸ ਇਹਨਾਂ ਨੇ ਇੱਕ ਰੇਸਿੰਗ ਕਾਰ ਉੱਪਰ ਚੜ੍ਹਾਈ ਹੋਈ ਹੈ, ਇਹਦਾ ਸ਼ਾਇਦ ਕੋਈ ਇਹਦਾ ਇਤਿਹਾਸ ਹੋਏ ਜਾਂ ਉੱਦਾਂ ਹੀ ਚੜ੍ਹਾਈ ਹੋਏ, ਬਾਕੀ ਪਤਾ ਨਹੀਂ। ਬਹੁਤ ਸੋਹਣੀ ਲੱਗਦੀ ਹੈ ਪਰ ਓਰੀਜਨਲ ਹੈ, ਕੋਈ ਡੰਮੀ ਡੁੰਮੀ ਨਹੀਂ ਹੈਗੀ, ਇਹ ਕਹਿੰਦੇ ਚੱਲਦੀ ਹੈ। ਬਾਕੀ ਪਤਾ ਨਹੀਂ, ਜੇ ਲਾ ਕੇ ਥੱਲੇ ਦੇ ਦੇਣ 'ਚ ਚਲਾ ਕੇ ਵੇਖ ਲਈਏ ਫਿਰ ਆਪਾਂ ਯਕੀਨ ਕਰਾਂਗੇ, ਇੱਦਾਂ ਅਸੀਂ ਇਹਨਾਂ ਦੀ ਕਈ ਗੱਲ 'ਤੇ ਯਕੀਨ ਨਹੀਂ ਕਰਦੇ। ਸੋ KLCC ਟਾਵਰ ਦਾ ਅੰਦਰਲਾ ਵਿਊ ਆ। ਉਹ ਕਿੱਥੇ ਗਿਆ ਜੀ? ਗੁੱਚੀ ਦਾ ਸ਼ੋਰੂਮ ਹੈ ਓਰੀਜਨਲ, ਇਹ ਕਾਪੀਆਂ ਨਹੀਂ ਹੈਗੀਆਂ, ਸਾਡੇ ਵਾਲੇ ਵੇਖ ਕੇ ਕਹਿਣਾ ਵੀ ਕਾਪੀ ਹੋਣੀ ਹੈ, ਪਤਾ ਨਹੀਂ ਕਿੱਥੇ ਮਰੇ ਕਿੱਥੇ ਜੀ। ਇਹ ਕਿਹੜੀ ਜਗ੍ਹਾ ਫਤਿਹ? ਆਹ KLCC ਟਾਵਰ ਦੇ ਬੈਕ ਸਾਈਡ 'ਤੇ ਹੈ, ਫੁਹਾਰੇ ਜੇ ਚੱਲਦੇ ਇੱਥੇ ਸ਼ਾਮ ਨੂੰ। ਹਾਂ ਜੁਰਾਸਿਕ ਪਾਰਕ ਹੈ, ਚਲੋ ਕਹਿ ਦਿੰਦੇ ਹਾਂ, ਸਾਡੀ ਆਪਣੀ ਮਰਜ਼ੀ ਜਿਹੜਾ ਮਰਜ਼ੀ ਨਾਂ ਰੱਖੀ। ਸੋ ਇੱਥੇ ਗੋਰੇ ਗੋਰੀਆਂ ਕਾਫੀ ਜ਼ਿਆਦਾ ਆਉਂਦੇ ਆ, ਨਜ਼ਾਰੇ ਲੈਂਦੇ ਇੱਥੇ ਆ ਕੇ ਮੌਸਮ ਦੇ। ਮੌਸਮ ਹੁੰਦਾ ਤਾਂ ਤਫਾ ਹੀ ਹੈ ਪਰ ਹੁਣ ਇਸ ਟਾਈਮ ਥੋੜ੍ਹਾ ਜਿਹਾ ਠੀਕ ਹੋ ਚੁੱਕਿਆ, ਹੁਣ ਮੀਂਹ ਪੈਣ ਹੀ ਵਾਲਾ ਚੰਦ ਮਿੰਟਾਂ 'ਚ। ਫਤਿਹ ਨੇ ਭਵਿੱਖਬਾਣੀ ਕੀਤੀ ਹੈ ਚੰਦ ਮਿੰਟਾਂ 'ਚ ਮੀਂਹ ਪੈ ਜੂਗਾ। ਹਾਂ ਕਹਿੰਦੇ ਸਰੂਪ ਸਿੰਘ ਨੇ, ਹਜੇ ਵੀ ਚੇਲੇ ਸਰੂਪ ਸਿੰਘ ਨੂੰ ਕਹਿੰਦੇ। ਹਾਂ ਵੈਰੀ ਗੁੱਡ, ਸਰੂਪਾ ਠੋਕਿਆ ਗਿਆ ਹੁਣ ਤਾਂ, ਲੇਲੜੀਆਂ ਕਰਦਾ ਪਿਆ ਕਦੀ ਕਿਤੇ ਕਦੀ ਕਿਤੇ। ਚਲੋ ਆਪਾਂ ਅਰਦਾਸ ਕਰਾਂਗੇ ਕਿ ਸਰੂਪੇ ਦੀਆਂ ਲੇਲੜੀਆਂ ਵਿਚਾਰੀ ਦੀਆਂ ਮੁੱਕ ਜਾਣ। ਬਹੁਤ ਸੋਹਣਾ ਮੌਸਮ ਇੱਥੋਂ ਦਾ, ਬਹੁਤ ਖੂਬਸੂਰਤ ਜਗ੍ਹਾ, ਬਹੁਤ ਖੂਬਸੂਰਤ ਜਗ੍ਹਾ। ਆਹੋ ਇੱਥੋਂ ਖਿੱਚਦੇ ਹਾਂ, ਇੱਥੇ ਮੈਂ ਖਲੋਨਾ, ਮੇਰੀ ਫੋਟੋ ਖਿੱਚ। ਸੋ ਰੀਲਾਂ ਇੱਥੇ ਕਾਫੀ ਜ਼ਿਆਦਾ ਬਣਾਈਆਂ, ਮੌਸਮ ਵੀ ਬਹੁਤ ਘੈਂਟ ਆ। ਦੁਪਹਿਰ ਨੂੰ ਇੱਥੇ ਕੋਈ ਬੰਦਾ ਨਹੀਂ ਲੱਭਦਾ, ਕੋਈ ਜੀਵ ਨਹੀਂ ਹੁੰਦਾ, ਇਸ ਟਾਈਮ ਬਹੁਤ ਰਸ਼ ਆ।
ਜਿਹੜੇ ਘਰੋਂ ਨਹਾ ਕੇ ਨਹੀਂ ਆਉਂਦੇ ਉਹਨਾਂ ਵਾਸਤੇ ਇੱਥੇ ਨਹਾਉਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇੱਥੇ ਥੱਲੇ ਫੁਹਾਰਿਆਂ 'ਤੇ ਨਹਾ ਸਕਦੇ ਹਾਂ ਅਤੇ ਇਹਦੇ ਕੋਈ ਮਾਇਆ ਵੀ ਨਹੀਂ ਲਈ ਜਾਂਦੀ। ਇੱਥੇ ਨਜ਼ਾਰੇ ਲੈ ਰਹੇ ਲੋਕ, ਇਹ ਦੇਖੋ ਕਹਿੰਦੇ ਜਿੰਨਾ ਮਰਜ਼ੀ ਨਾ ਹੋ, ਇੱਥੇ ਵੀ ਫੁਹਾਰੇ ਜੇ ਲੱਗੇ ਹੁੰਦੇ ਆ। ਬਾਕੀ ਅਸੀਂ ਤਾਂ ਇਸ਼ਨਾਨ ਕਰਕੇ ਹੀ ਆਏ ਹਾਂ, ਇਹ ਸਾਡੇ ਵਾਸਤੇ ਨਹੀਂ ਹੈਗੇ। ਨਹਾਉਣਾ ਸਰ, ਨਹਾਓਗੇ? ਭਾਜੀ ਬੱਚਿਆਂ ਵਾਸਤੇ ਆ। ਅੱਛਾ, ਬੱਚਿਆਂ ਵਾਸਤੇ। ਹੁਣ ਆਪਾਂ ਥੋੜ੍ਹੇ ਜਿਹੇ ਵੱਡੇ ਹੋ ਗਏ ਇਸ ਕਰਕੇ ਇਹ ਸਾਡੇ ਵਾਸਤੇ ਨਹੀਂ ਹੈਗੇ। ਇਹ ਬੱਚਿਆਂ ਵਾਸਤੇ ਵੇਖੋ, ਨਾਲੇ ਜਿਹੜਾ ਨਹਾ ਕੇ ਨਾਲ ਨਹੀਂ, ਇੱਥੇ ਇਹ ਵੇਖੋ ਨਾ, ਸਿਆਣੇ ਵੀ ਹੈਗੇ। ਨਹੀਂ ਸਿਆਣੇ ਆ, ਬੱਚਿਆਂ ਦੇ ਮਾਂ ਪਿਓ ਨੇ ਨਾ। ਅੱਛਾ, ਉਹ ਵੀ ਬੱਚਿਆਂ ਵਰਗੇ ਨੇ? ਹਾਂ, ਠੀਕ ਹੈ। ਇੱਧਰ ਦੇ ਬੱਚੇ ਜਿਹੜੇ ਆਨੰਦ ਲੈ ਰਹੇ ਆ, ਕਹਿੰਦੇ ਬੂਟ ਪਾ ਕੇ ਨਹੀਂ ਆਪਾਂ ਜਾ ਸਕਦੇ, ਬੱਚੇ ਮੌਜਾਂ ਕਰ ਰਹੇ ਆ। ਐਨਕਾਂ ਲਾਈਆਂ ਇਹਨਾਂ ਨੇ, ਸੇਫਟੀ ਦਾ ਧਿਆਨ ਰੱਖਿਆ ਹੈ। ਵਾਓ, ਇਹ ਦੇਖੋ ਟਾਵਰ ਕਿੰਨਾ ਸੋਹਣਾ ਲੱਗ ਰਿਹਾ। ਬੱਦਲ ਬੜਕਾ ਮਾਰਦਾ ਹੋਇਆ ਕਹਿੰਦਾ ਹਟ ਜਾਓ ਪਿੱਛੇ, ਹੁਣ ਆਉਣ ਲੱਗਾ ਮੈਂ। ਆ ਜਾ ਭਾਈ, ਅਸੀਂ ਤੈਨੂੰ ਡੱਕ ਸਕਦੇ ਹਾਂ। ਇੱਧਰ ਆ ਭਾਈ ਜਿਹਾ ਜਾਂ ਮੱਛੀਆਂ ਨੇ, ਮੱਛੀਆਂ ਜੀਆਂ ਬਈ, ਬਹੁਤ ਸੋਹਣੀਆਂ ਲੱਗਦੀਆਂ। ਦੋਵੇਂ ਕਿਤੇ ਤੁਸੀਂ ਇਸ ਜਗ੍ਹਾ 'ਤੇ ਆਓ, ਇੱਕ ਚੀਜ਼ ਦਾ ਖਾਸ ਖਿਆਲ ਰੱਖੋ, ਬੂਟ ਲੈ ਕੇ ਤੁਸੀਂ ਇੱਧਰ ਨਹੀਂ ਚੜ੍ਹਨਾ, ਇੱਧਰ ਨਹੀਂ ਵੜਨਾ, ਕਿਉਂਕਿ ਜੇ ਤੁਸੀਂ ਸ਼ੂਜ਼ ਪਾ ਕੇ ਜਾਓਗੇ ਤੁਹਾਨੂੰ ਫਾਈਨ ਵੀ ਹੋ ਸਕਦਾ, ਸਜ਼ਾ ਵੀ ਹੋ ਸਕਦੀ ਹੈ, ਕਿਉਂਕਿ ਇਹ ਸਜ਼ਾ ਦੇਣ ਦੇ ਮਾਮਲੇ 'ਚ ਬਾਹਲੇ ਕੱਬੇ ਨੇ। ਇੱਧਰ ਆਪਣੇ ਰਣਜੋਤ ਸਿੰਘ ਅਤੇ ਆਪਣਾ ਵੀਰ ਅੰਮ੍ਰਿਤਸਰ ਤੋਂ ਦੋਨੇ ਗੱਲਾਂ ਮਾਰ ਰਹੇ ਆ। ਸ਼ਾਮਾਂ ਪੈ ਗਈਆਂ ਅਤੇ ਹੁਣ ਥੋੜ੍ਹਾ ਜਿਹਾ ਵਿਊ ਵਧੀਆ ਆਇਆ, ਇੱਥੇ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਗਿਆ ਪਹਿਲਾਂ ਨਾਲ। ਇੱਥੇ ਸ਼ਾਮਾਂ ਨੂੰ ਲਾਈਟਾਂ ਦਾ ਸ਼ੋਅ ਵੀ ਲੱਗਦਾ। ਬਹੁਤ ਉੱਚੇ ਟਾਵਰ ਨੇ, ਤਾਂ ਤੱਕ ਵੇਖਿਆ ਵੀ ਨਹੀਂ ਜਾਂਦਾ, ਲੱਗਦਾ ਬੱਦਲ ਵੱਜਦੇ ਹੋਣੇ ਇਹਦੇ ਨਾਲ ਉੱਤੇ। ਇਹ ਦੇਖੋ ਜੀ, ਬੱਚਾ ਕੌਫੀ, ਬੱਚਿਆਂ ਵਾਸਤੇ ਕੌਫੀ ਜਾਂ ਵੈਸੇ ਹੀ ਨਾਂ ਇਹਦਾ ਬੱਚਾ ਕੌਫੀ। ਹੁਣ ਥੱਲੇ ਜਾਣਾ ਮੈਟਰੋ 'ਤੇ। ਇਹ ਬੱਚਾ ਕੌਫੀ ਆ, ਇਹ ਬਣੀ ਸੀ 1910 'ਚ। ਅੱਛਾ, 1910 'ਚ ਬੱਚਾ ਸੀ ਜਿਹਦੇ ਨਾਂ 'ਤੇ ਬੱਚਾ ਕੌਫੀ ਰਾਤੀ, ਹੁਣ ਵੱਡੀ ਪਰ ਹੁਣ ਤਾਂ ਇਹ ਕਿਤੇ ਨਾ ਕਿਤੇ ਵੱਡਾ ਹੋ ਗਿਆ, ਹੁਣ ਇਹਨਾਂ ਨੂੰ ਨਾਂ ਬਦਲ ਦੇਣਾ ਚਾਹੀਦਾ। ਦੂਜੀ ਤੀਜੀ ਪੀੜ੍ਹੀ ਆ ਗਈ, ਬਜ਼ੁਰਗ ਕੌਫੀ। ਇੱਦਾਂ ਗੁਣ ਵਜਾਉਣ ਦਾ ਪ੍ਰੋਗਰਾਮ ਇੱਥੇ ਚੱਲਦਾ ਰਹਿੰਦਾ। ਆਹ ਮਸ਼ੀਨ ਤੋਂ ਆਪਾਂ ਟਿਕਟ ਲੈ ਸਕਦੇ ਹਾਂ, ਸਾਡੇ ਕੋਲ ਤਾਂ ਕਾਰਡ ਹੈਗੇ ਆ, ਪਰ ਇਹ ਨੌਜਵਾਨ ਮੈਟਰੋ ਦੀ ਵਰਤੋਂ ਘੱਟ ਕਰਦੇ ਹਨ, ਇਸ ਕਰਕੇ ਇਹਨਾਂ ਕੋਲ ਕਾਰਡ ਨਹੀਂ ਹੈਗੇ। ਇਹ ਸਿੱਕੇ ਦੇ ਵਿੱਚ ਪਾਉਣੇ ਪੈਂਦੇ ਆ ਅਤੇ ਥੱਲੋਂ ਟਿਕਟ ਨਿਕਲ ਕੇ ਆ ਜਾਂਦੀ, ਟੋਕਨ ਜਿਹਾ ਆ ਜਾਂਦਾ 2। ਤੂੰ ਨਹੀਂ ਗਿਣਨੇ ਆਉਂਦੇ ਇਹਨੂੰ? ਦੇਖੋ ਦਫ਼ਤਰ ਆਫਿਸ ਬਣੇ ਹੋਏ ਆ। ਮੈਟਰੋ 'ਤੇ ਜਾ ਰਹੇ ਹਾਂ ਆਪਾਂ ਅਤੇ ਬਾਹਰ ਦਾ ਮਾਹੌਲ ਕੁਝ ਇਸ ਤਰੀਕੇ ਦਾ। ਇੱਥੇ ਆਪਾਂ ਜਦੋਂ ਕੋਕ ਲੈਂਦੇ ਹਾਂ ਅਤੇ ਨਾਲ ਸਾਨੂੰ ਆਈਸ ਦਿੰਦੇ ਆ, ਆਈਸ ਦੇ ਵਿੱਚ ਕੋਕ ਪਾਉਣਾ ਹੁੰਦਾ, ਕਿਉਂਕਿ ਉੱਦਾਂ ਇੱਥੇ ਠੰਡੇ ਘੱਟ ਹੀ ਮਿਲਦੇ ਆ। ਅਤੇ ਆਪਾਂ ਹੁਣ ਡੋਸਾ ਵਗੈਰਾ ਔਡਰ ਕੀਤਾ ਸੀ ਅਤੇ ਇੱਦਾਂ ਦਿੱਤੇ ਹਨ। ਰਾਤ ਨੂੰ ਇਹ ਟਾਵਰ ਇਸ ਤਰੀਕੇ ਨਾਲ ਲੱਭਦਾ, ਬਹੁਤ ਸੋਹਣਾ ਲੱਗਦਾ। ਹੁਣ ਆਪਾਂ ਇੱਥੇ ਆਏ ਸੀਗੇ, ਖਾਣ ਪੀਣ ਸਿਕਿਉਰਿਟੀ ਵਾਲੇ ਲੱਭਦੇ ਇੱਥੇ, ਇੰਡੀਆ ਦੇ ਸਿਕਿਉਰਿਟੀ ਵਾਲੇ। ਆਪਾਂ ਇੱਥੇ ਜਾਣਾ ਹੁਣ ਲਾਲਾ ਪੋਰਟ। ਇੱਥੇ ਪਹੁੰਚ ਗਏ ਆਪਾਂ ਲਾਲਾ ਪੋਰਟ। ਲਾਲਾ ਪੋਰਟ, ਲਾਲਾ ਪੋਰਟ ਜਾ ਕੇ ਆਪਾਂ ਲਾਲਾ ਪੋਰਟ ਸ਼ਾਪਿੰਗ ਕਰ। ਹੰਤੂਆ 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 ਸਿਟੀ ਸਿਟੀ ਸੈਂਟਰ, ਇਹ ਸਟੇਸ਼ਨ ਦਾ ਨਾਮ ਹੈ। ਚਾਹ
ਕਿੰਨੀ ਸੋਹਣੀ ਬੁੱਕ ਸ਼ੌਪ ਆ। ਬਹੁਤ ਸੋਹਣੀ ਬੁੱਕ ਸ਼ੌਪ, ਕਿਆ ਸੋਹਣਾ ਆਈਡੀਆ ਲਾਇਆ ਕਿਸੇ ਨੇ। ਇੱਥੇ ਸੇਲ ਲੱਗੀ ਐਡਾ ਸਾਹਮਣੇ, ਤੁਸੀਂ ਦੇਖ ਰਹੇ ਹੋ ਪੁਲਿਸ ਸਟੇਸ਼ਨ ਹੀ ਰੋਇਆ ਤੋੜੀ ਤੋੜਿਆ ਨਹੀਂ ਆ, ਤੁਸੀਂ ਪੰਜਾਬੀ ਦੇ ਸਿੰਘ ਫਸਾ ਲਓ। ਆਹ ਸਾਡੇ ਆ ਦੋਨੇ ਬੰਦੇ ਜਿਹੜੇ ਆ, ਇਹ ਇੱਧਰ ਪੰਜਾਬੀ ਦੀ ਗਰਾਰੀ ਫਸਦੀ ਹੈ ਦੋਨਾਂ ਦੀ, ਠੀਕ ਹੈ। ਤ੍ਰਿਆ ਵਾਇਰਲ ਕਰ ਦਿਓ ਵੀ, ਤ੍ਰਿਆ ਵਾਇਰਲ ਕਰ ਦਿਓ। ਤੇਰੀ ਅੰਗਰੇਜ਼ੀ ਮੁੱਕ ਜਾਣੀ ਨਾਗ। ਅੱਛਾ 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 ਵੀ ਇਹ ਸਾਹਮਣੇ ਹੁੰਦਾ ਸੀ ਪੁਲਿਸ ਸਟੇਸ਼ਨ ਪੁਰਾਣਾ, ਹੁਣ ਵੀ ਇੱਥੇ ਹੈਗਾ ਜਿੱਥੇ ਆਪਾਂ ਇਹ ਖੜ੍ਹੇ ਹਾਂ। ਇਹ ਕੀ ਸਾਰੀ ਜੇਲ੍ਹ, ਜੇਲ੍ਹ ਇਹਨਾਂ ਨੇ ਇੰਨੀ ਸੋਹਣੀ ਡੈਕੋਰੇਟ ਕੀਤੀ ਆ, ਦੇਖੋ ਇਹ ਸਾਰਾ ਜੇਲ੍ਹ ਦਾ ਏਰੀਆ, ਇੱਥੋਂ ਕੈਦੀ ਜਾਂਦੇ ਰਹੇ ਆ ਤਾਂ ਨੂੰ। ਮਤਲਬ ਹੁਣ ਤਾਂ ਚਲੋ ਕੁਛ ਹੋਰ ਬਣਾ ਦਿੱਤਾ ਇਹਨਾਂ ਨੇ, ਮੌਲ ਟਾਈਪ ਬਣਾ ਦਿੱਤਾ, ਪਰ ਪਹਿਲਾਂ ਇੱਥੇ ਜੇਲ੍ਹ ਆ। ਇਹ ਦੇਖੋ ਜੀ, ਇੱਥੋਂ ਦੂਰੋਂ ਜੇਲ੍ਹ ਦੀਆਂ ਪੌੜੀਆਂ ਇਸ ਤਰੀਕੇ ਨਾਲ ਲੱਗਦੀਆਂ, ਨਾਲ ਹੀ ਇਹਦੇ ਮੌਲ ਬਣਿਆ। ਇਹ ਸਾਹਮਣੇ ਨਾ ਮੈਟਰੋ ਚੱਲਦੀ ਇੱਥੇ ਉੱਪਰ, ਔਰ ਇਹ ਮੈਟਰੋ ਬਹੁਤ ਸੋਹਣੀ ਲੱਗਦੀ ਹੈ। ਚਲੋ ਜੇ ਕਿਤੇ ਮੈਟਰੋ ਇੱਥੋਂ ਚੱਲਦੀ ਲੱਭ ਗਈ ਤਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਸਾਹਮਣੇ ਫਾਊਂਟੇਨ ਵਗੈਰਾ ਲੱਗੇ ਹੋਏ ਆ, ਇੱਥੇ ਮੈਟਰੋ ਦਾ ਕੁਛ ਲੱਗਿਆ ਹੋਇਆ। ਮੈਂ ਵੇਟ ਕਰ ਰਿਹਾ ਕਿ ਇੱਥੋਂ ਮੈਟਰੋ ਆ ਜਾਵੇ ਅਤੇ ਮੈਂ ਤੁਹਾਨੂੰ ਦਿਖਾਵਾਂ, ਕਿਉਂਕਿ ਬਹੁਤ ਹੀ ਪਿਆਰੀ ਲੱਗਦੀ ਹੈ। ਜੇ ਇੱਧਰਲੀ ਸਾਈਡ ਆ ਜਾਵੇ ਤਾਂ ਹੋਰ ਜ਼ਿਆਦਾ ਖੂਬਸੂਰਤ ਹੋ ਜੂਗੀ। ਇੱਕ ਵਾਰੀ ਉੱਧਰੋਂ ਆਉਂਦੀ, ਇੱਕ ਵਾਰੀ ਇੱਧਰੋਂ ਆਉਂਦੀ ਹੈ। ਇਹ ਜੀ 1895 ਦਾ ਗੇਟ ਆ, ਉਦੋਂ ਦੀ ਇਹ ਜੇਲ੍ਹ ਬਣੀ ਹੋਈ ਆ। ਇੱਥੇ ਅੰਦਰ ਜਿਹੜਾ ਗਾਰਡ ਬਹਿੰਦਾ ਸੀਗਾ, ਇਹ ਸਾਹਮਣੇ ਇੱਧਰਲੇ ਪਾਸੇ ਜਿੱਥੇ ਦਰਵਾਜ਼ਾ ਲੱਗਾ, ਦੋਨੇ ਪਾਸੇ ਗਾਰਡ ਬਹਿੰਦੇ ਸੀ। ਇਹ ਮੇਨ ਦਰਵਾਜ਼ਾ ਜੇਲ੍ਹ ਦਾ ਹੁੰਦਾ ਸੀ, ਇੱਥੋਂ ਐਂਟਰੀ ਹੁੰਦੀ ਸੀ ਅਤੇ ਇੱਧਰ। ਹਾਂ, ਤ੍ਰਿਹਾ ਸਮਝਾ ਰਹੀ ਹੈ, ਜਿਹੜੀ ਭਾਸ਼ਾ 'ਚ ਸਮਝਾਉਂਦੀ ਹੈ ਸਾਨੂੰ ਉਹ ਸਮਝ ਨਹੀਂ ਲੱਗਦੀ, ਇਹਨੂੰ ਸਾਡੀ ਨਹੀਂ ਸਮਝ ਲੱਗਦੀ। ਕੁੜੀ ਖੁਸ਼ ਹੋ ਜਾਂਦੀ ਹੈ। ਅਤੇ ਬਹੁਤ ਸੋਹਣਾ ਵਿਊ ਆ, ਵਧੀਆ ਤਰੀਕੇ ਨਾਲ ਇਹਨਾਂ ਸਾਂਭ ਸੰਭਾਲ ਕੀਤੀ। ਅਤੇ ਸਾਹਮਣੇ ਜਿਹੜਾ ਥਾਣਾ ਮੈਂ ਤੁਹਾਨੂੰ ਦੱਸਿਆ, ਇਹ ਟਾਵਰ ਆ, ਇੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਣੀਆਂ ਇਤਿਹਾਸਿਕ ਚੀਜ਼ਾਂ ਇਹਨਾਂ ਨੇ ਸਾਂਭ ਸੰਭਾਲ ਕੇ ਰੱਖੀਆਂ ਹੋਈਆਂ, ਬਹੁਤ ਹੀ ਵਧੀਆ ਤਰੀਕੇ ਨਾਲ ਰੂਲ ਫੋਲੋ ਕੀਤੇ ਜਾਂਦੇ ਆ। ਛੋਟੀ ਛੋਟੀ ਚੀਜ਼ਾਂ 'ਤੇ ਇੱਥੇ ਫਾਈਨ ਲੱਗਦੇ ਆ, ਔਰ ਲੋਕ ਫਾਈਨਾਂ ਤੋਂ ਡਰਦੇ ਵੀ ਆ, ਡਰਦੇ ਵੀ ਆ। ਲੋਕ ਸੋਚਦੇ ਆ ਕਿ ਹਜ਼ਾਰ ਹਜ਼ਾਰ ਰਿੰਗੜ ਜਿਹੜਾ ਫਾਈਨ ਪੈਂਦਾ ਵਾ, ਅਤੇ ਮਿਹਨਤ ਦੀ ਕਮਾਈ ਕਿਉਂ ਫਾਈਨਾਂ ਦੇ ਵਿੱਚ ਦੇਣੀ ਆ। ਸਾਹਮਣੇ ਜਿਹੜਾ ਗੇਟ, ਇੱਕ ਵਾਰੀ ਦੁਬਾਰਾ ਦੇਖ ਲਓ, ਜੇਲ੍ਹ ਦਾ ਗੇਟ। ਦੋਸਤੋ, ਇੱਥੇ ਗੱਡੀਆਂ ਜ਼ਿਆਦਾ ਪੈਟਰੋਲ 'ਚ ਹੀ ਆ, ਮਤਲਬ 99% ਗੱਡੀਆਂ ਪੈਟਰੋਲ ਦੇ ਵਿੱਚ ਆ। ਜਿਹੜੇ ਵੱਡੇ ਵੱਡੇ ਟਿੱਕੇ ਨੇ ਉਹ ਡੀਜ਼ਲ ਦੇ ਵਿੱਚ ਹੈਗੇ ਆ, ਟਰੱਕ ਡੀਜ਼ਲ ਦੇ ਵਿੱਚ ਹੈਗੇ ਆ, ਸੀ ਐੱਨ ਜੀ ਗੱਡੀਆਂ ਵੀ ਹੈਗੀਆਂ, ਪੈਟਰੋਲ ਗੱਡੀਆਂ ਵੀ ਹੈਗੀਆਂ। ਜਿੱਦਾਂ ਆਪਣੇ ਇੰਡੀਅਨ ਲੋਕਾਂ ਨੇ ਸੀ ਐੱਨ ਜੀ ਕਿੱਟਾਂ ਬਾਹਰੋਂ ਫਿੱਟ ਕਰਾਈਆਂ ਹੋਈਆਂ, ਇਹਨਾਂ ਨੇ ਵੀ ਇੱਦਾਂ ਕਾਫੀ ਲੋਕਾਂ ਨੇ ਜਿਹੜੇ ਟੈਕਸੀ ਕਮਰਸ਼ੀਅਲ 'ਚ ਚਲਾਉਂਦੇ ਆ, ਉਹਨਾਂ ਨੇ ਬਾਹਰੋਂ ਸੀ ਐੱਨ ਜੀ ਕਿੱਟਾਂ ਲਗਵਾਈਆਂ ਹੋਈਆਂ, ਔਰ ਵਧੀਆ ਪਰਫੋਰਮੈਂਸ ਦਿੰਦੀਆਂ। ਸੀ ਆਰ ਵੀ ਗੱਡੀ ਜਿਹੜੀ ਹੋਂਡਾ ਨੇ ਸਾਡੇ ਤੋਂ ਦੁਖੀ ਹੋ ਕੇ ਬੰਦ ਕੀਤੀ ਸੀ, ਔਰ ਇੱਥੇ ਬਹੁਤ ਵੇਖਦੀ ਆ। ਔਰ ਸਾਰੀਆਂ ਗੱਡੀਆਂ ਹੀ ਇੱਥੇ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆਉਂਦੀਆਂ, ਬਹੁਤ ਘੱਟ ਗੱਡੀਆਂ ਮੈਨੂਅਲ ਤੁਹਾਨੂੰ ਦਿਖਣਗੀਆਂ। ਜਿਹੜੀਆਂ ਦਿਖਣਗੀਆਂ ਉਹ ਵੀ ਪੁਰਾਣੀਆਂ ਗੱਡੀਆਂ ਹੋਣਗੀਆਂ, ਨਵੀਆਂ ਦੇ ਵਿੱਚ ਕੋਈ ਵੀ ਮੈਨੂਅਲ ਟਰਾਂਸਮਿਸ਼ਨ ਇੱਥੇ ਨਹੀਂ ਲੈਂਦਾ। ਇਹ ਦੇਖੋ ਆਪਣੇ ਵਾਲੀ ਸਵਿਫਟ, ਸਵਿਫਟ ਜਾ ਰਹੀ ਆ, ਮੈਨੂੰ ਪਹਿਲੀ ਸਵਿਫਟ ਲੱਭੀ ਆ ਜਦੋਂ ਦੇ ਆਪਾਂ ਇੱਥੇ ਆਏ ਹਾਂ। ਇੱਦਾਂ ਦੀਆਂ ਪੁਰਾਣੀਆਂ ਗੱਡੀਆਂ ਨਾਲ ਲੋਕਾਂ ਨੇ ਬਹੁਤ ਸਾਂਭ ਕੇ ਰੱਖੀਆਂ ਹੋਈਆਂ, ਔਰ ਇੱਥੇ ਸੜਕਾਂ ਦੇ ਸਾਈਡਾਂ 'ਤੇ ਘੁੰਮਣ ਦਾ ਬਹੁਤ ਮਜ਼ਾ ਆਉਂਦਾ। ਆਪਣੇ ਤਾਂ ਹੁਣ ਟਾਈਮ ਜ਼ਿਆਦਾ ਰਿਹਾ ਹੀ ਨਹੀਂ ਘੁੰਮਣ ਦਾ, ਇੱਥੇ ਸੈਰ ਕਰਨੀ ਵੀ ਔਖੀ ਹੋ ਜਾਂਦੀ ਹੈ। ਸਿਵਿਕ ਜਿਹੜੀ ਸਾਡੇ ਬੰਦ ਹੋ ਗਈ ਕਰਤੀ ਹੋਂਡਾ ਨੇ, ਇੱਥੇ ਸਿਵਿਕ ਆਮ ਹੀ ਮਿਲ ਜਾਂਦੀ ਹੈ। ਜੇ ਗੱਡੀ ਬਹੁਤ ਘੱਟ ਲੱਭਦੀ ਹੈ ਤਾਂ ਹੁੰਡਾਈ ਦੀ ਗੱਡੀ ਬਹੁਤ ਘੱਟ ਲੱਭਦੀ ਹੈ, ਆਉਡੀ ਰੇਂਜ ਰੋਵਰ ਬਹੁਤ ਘੱਟ ਲੱਭਦੀ ਹੈ, ਟੋਇਟਾ ਬਹੁਤ ਜ਼ਿਆਦਾ, ਮਿਸ਼ੂਬਿਸ਼ੀ ਵੀ ਹੈਗੀ ਹੈ, ਪ੍ਰੋਟੋਨ ਦੀਆਂ ਗੱਡੀਆਂ ਸਭ ਤੋਂ ਪਹਿਲੇ ਨੰਬਰ 'ਤੇ ਬਹੁਤ ਜ਼ਿਆਦਾ ਨੇ। ਲੱਗ
ਲਗਭਗ ਤੁਹਾਨੂੰ ਪ੍ਰੋਟੋਨ ਹੀ ਲੱਭਣੀ ਹੈ। ਦੇਖੋ ਮੈਟਰੋ ਬਹੁਤ ਸੋਹਣੀ ਲੱਗਦੀ ਰਾਤ ਨੂੰ ਚੱਲਦੀ ਉੱਪਰ। ਹੁਣ ਆਪਾਂ ਹੋਟਲ ਨੂੰ ਜਾ ਰਹੇ ਹਾਂ, ਉਹਦੇ ਵਾਸਤੇ ਮੈਟਰੋ ਲਵਾਂਗੇ। ਇੱਥੋਂ ਜਿਹੜੀ ਆ ਲਾਈਨ ਜੀ ਹੈ ਨਾ, ਇਹਦੇ ਅੱਗੇ ਆਪਾਂ ਪੈਰ ਵੀ ਨਹੀਂ ਰੱਖ ਸਕਦੇ ਜਿੰਨਾ ਚਿਰ ਤੱਕ ਟ੍ਰੇਨ ਨਹੀਂ ਆਉਂਦੀ। ਜੇ ਆਪਾਂ ਰੱਖਦੇ ਹਾਂ ਅਤੇ ਕਹਿੰਦੇ 1000 ਖਰੇ 10000 ਇੱਦਾਂ ਫਾਈਨ ਹੈ ਪਾ ਦੇਣਗੇ। ਜਦੋਂ ਵੀ ਆਓ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਕਿ ਪੰਗੇ ਨਹੀਂ ਆਪਾਂ ਲੈਣੇ, ਕੋਈ ਪੰਗਾ ਨਹੀਂ ਲੈਣਾ। ਸਾਨੂੰ ਆਦਤ ਹੁੰਦੀ ਹੈ ਨਾ ਆਮ ਇੱਥੇ, ਕਿਉਂਕਿ ਕਾਫੀ ਚੀਜ਼ਾਂ ਇਹਨਾਂ ਨੇ ਵਾਰਨਿੰਗਾਂ ਜਿਹੜੀਆਂ ਸਾਈਨ ਲਾਏ ਹੋਏ ਆ। ਦੋਸਤੋ ਇੱਥੇ ਨਾ ਪੰਜਾਬੀ ਆਪਣੇ ਵੀਰ ਢਾਬਾ ਚਲਾਉਂਦੇ ਆ। ਇੱਕ ਗੱਲ ਬੜੀ ਹੈਰਾਨ ਲੱਗੀ ਕਿ ਇਹ ਦੇਖੋ ਇੱਦਾਂ ਹੀ ਆਪਣਾ ਸਾਰਾ ਸਮਾਨ ਛੱਡ ਕੇ ਚਲੇ ਜਾਂਦੇ ਆ। ਇਹ ਦੇਖੋ ਸਾਰਾ ਕੜਛੀਆਂ ਕੁਰਸੀਆਂ ਸਾਰੇ ਭਾਂਡੇ ਇੱਦਾਂ ਹੀ ਲੱਗੇ ਆ, ਫਰਿੱਜ ਖਾਣ ਪੀਣ ਵਾਲਾ ਗੰਢੇ ਪਿਆਜ਼ ਹਰ ਚੀਜ਼ ਇੱਦਾਂ ਹੀ ਪਈ ਹੈ, ਸਿਰਫ ਮਾੜਾ ਜਿਹਾ ਢੱਕਿਆ। ਇੱਧਰ ਵੀ ਦੇਖੋ ਲੋਕ ਖਾ ਪੀ ਰਹੇ ਆ, ਅਤੇ ਇੱਧਰ ਬੀਬੀ ਆਪਣਾ ਸਮੇਟ ਰਹੀ ਆ। ਫਰਿੱਜ ਵੀ ਖੁੱਲ੍ਹੀ ਆ, ਸਾਰਾ ਕੁਛ ਵਿੱਚ ਹੀ, ਉਹਦੇ ਦੁੱਧ ਦੱਧ ਸਭ ਕੁਛ ਵਿੱਚ ਆ। ਆ ਗੈਸ ਇੱਦਾਂ ਹੀ ਲੱਗੇ ਆ, ਅਤੇ ਸਾਡੇ ਦੇਖ ਲਓ ਛੱਡੇਗਾ ਕੋਈ? ਆਪਣੇ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਨੇ। ਇੱਧਰ ਖੁੱਲ੍ਹਾ ਹੈ, ਹੋ ਸਕਦਾ ਰਾਤ ਨੂੰ ਬੰਦ ਕਰ ਦਿੰਦੇ ਹੁਣ, ਪਰ ਕੋਈ ਵੀ ਚੁੱਕ ਸਕਦਾ ਆਂਢੀ ਗੁਆਂਢੀ, ਪਰ ਨਹੀਂ, ਬਹੁਤ ਵਧੀਆ ਤਰੀਕੇ ਨਾਲ ਇਮਾਨਦਾਰੀ ਨੇ ਲੋਕ ਸਾਂਭ ਕੇ ਰੱਖਦੇ। ਇਹ ਨਿਸ਼ਾਨ ਦਾ ਪਿੱਕਾ, ਹਾਂ ਇਹ ਨਿਸ਼ਾਨ ਦਾ ਪਿੱਕਾ ਹੈ ਜੀ, ਬਹੁਤ ਸੋਹਣਾ ਪਿੱਕੇ ਬਹੁਤ ਨੇ ਇੱਥੇ, ਵਧੀਆ ਲੋਕ ਕੰਮ ਵਾਸਤੇ ਲੈਂਦੇ ਨੇ, ਪਰ ਬਹੁਤ ਘੱਟ ਲੋਕਾਂ ਕੋਲ ਆ। ਹਾਂ ਪਿੱਕਾ ਬਹੁਤ ਹੈ ਨੇ, ਆਪਣੇ ਨਾਲੋਂ ਤੇ ਬਹੁਤ ਜ਼ਿਆਦਾ ਨੇ। ਇੱਥੇ ਸੈਡਾਨ ਕਲਾਸ ਗੱਡੀ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਆ, ਸੈਡਾਨ ਔਰ ਹੈਚਬੈਕ ਦੋਨੇ ਬਹੁਤ ਜ਼ਿਆਦਾ ਹੈਗੇ ਆ। ਹੋਂਡਾ ਸਿਟੀ ਇੱਥੇ ਬਹੁਤ ਜ਼ਿਆਦਾ, ਆਪਣੇ ਤੇ ਹੁਣ ਗਿਣਤੀ ਬਹੁਤ ਘੱਟ ਗਈ ਸਿਟੀ ਦੀ। ਈਵੀ ਪੁਆਇੰਟ ਇੱਥੇ ਵੀ ਲੱਗੇ ਹੋਏ ਆ, ਘੱਟ ਹੀ ਦੇਖੇ, ਚਲੋ ਮੈਂ ਘੱਟ ਦੇਖੇ, ਉੱਦਾਂ ਹੋ ਸਕਦਾ ਜ਼ਿਆਦਾ ਹੋਣ। ਅਤੇ BYD ਦੀ ਐਟੋ 3 ਜਿਹੜੀ ਆਪਣੀ ਵੀ ਗੱਡੀ ਹੈਗੀ ਹੈ, ਉਹ ਗੱਡੀ ਚਾਰਜ ਕਰ ਰਹੇ ਸੀਗੇ। ਅਤੇ ਇੱਕ ਖਾਸ ਚੀਜ਼ ਇੱਥੋਂ ਦੀ ਹੈ, ਸਾਫ਼ ਸਫਾਈ ਬਹੁਤ ਜ਼ਿਆਦਾ ਆ। ਇਹ ਹੋਟਲ ਦੀ ਆਪਾਂ ਬੈਕ ਸਾਈਡ 'ਤੇ ਪਿੱਛੋਂ ਦੀ ਰਾਹ, ਜਿਹੜਾ ਅੱਗੋਂ ਫਰੰਟ ਬੰਦ ਹੋ ਗਿਆ, ਟਾਈਮ ਜ਼ਿਆਦਾ ਹੋ ਗਿਆ ਕਾਫੀ, 12 ਵੱਜ ਗਏ, ਅਤੇ ਪਿਛਲੇ ਰਾਹ ਥਾਣੀ ਜਾ ਰਹੇ ਹਾਂ। ਸਾਫ਼ ਸਫਾਈ ਹਰ ਥਾਂ ਤੁਹਾਨੂੰ ਦੇਖਣ ਨੂੰ ਮਿਲੂਗੀ, ਕਿਤੇ ਵੀ ਕਚਰਾ ਗੰਦ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਜਿੱਧਰ ਨੂੰ ਮਰਜ਼ੀ ਚਲ ਜਾਓ ਤੁਸੀਂ, ਹਰ ਪਾਸੇ ਸਾਫ਼ ਸਫਾਈ। ਸਿਕਿਉਰਿਟੀ ਗਾਰਡ ਜ਼ਿਆਦਾਤਰ ਆਪਣੇ ਇੰਡੀਅਨ ਨੇ, ਪੰਜਾਬੀ ਸਿਕਿਉਰਿਟੀ ਗਾਰਡ ਸਾਨੂੰ ਇੱਕੋ ਹੀ ਲੱਭਿਆ ਬਸ, ਬਾਕੀ ਸਾਰੇ ਸਾਊਥ ਇੰਡੀਅਨ ਨੇ ਜ਼ਿਆਦਾ।